ਤੁਹਾਡਾ ਗਰੁੱਪ ਇਸ ਵੇਲੇ ਵੱਡੀ ਤਬਦੀਲੀ ਚਾਹੁੰਦਾ, ਕੀ ਤਬਦੀਲੀ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਨੂੰ ਬਚਾ ਸਕਦੀ ਹੈ ਮੁੱਖ ਤੌਰ ਤੇ? ਕਿਉਂਕਿ ਲਗਾਤਾਰ ਸੁਖਬੀਰ ਸਿੰਘ ਬਾਦਲ ਦੀ ਚਾਹੇ ਪ੍ਰਧਾਨਗੀ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਸਵਾਲ ਉੱਠ ਰਹੇ ਨੇ, ਤਾਂ ਕੀ ਲੱਗਦਾ ਤੁਹਾਨੂੰ ਕਿ ਤੁਹਾਨੂੰ ਇਹ ਝੰਡਾ ਕਿਉਂ ਚੱਕਣਾ ਪਿਆ? ਵੈਸੇ ਤਾਂ ਅਕਾਲੀ ਦਲ ਦੇ ਵਿੱਚ ਫੁੱਟ ਪੈਣੀ ਮੈਂ ਸਮਝਦਾ ਬਦਕਿਸਮਤੀ ਹੈ, ਕਿਉਂਕਿ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਤੇ ਇਹਦਾ ਤਕੜੇ ਹੋ ਕੇ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਹੈ। ਗਾਹਾਂ ਹੈਗਾ ਆ ਜਾਂਦੀ ਹੈ ਫਿਰ ਗੱਲ ਵੀ ਇਹਨੂੰ ਚਲਾਇਆ ਕਿਵੇਂ ਜਾਵੇ। ਜਿੱਥੋਂ ਤੱਕ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਕੰਮ ਸੀਗਾ, ਉਹਨਾਂ ਦੇ ਨਾਲ ਬਹੁਤ ਲੰਮਾ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ। 47-48 ਸਾਲ ਉਹਨਾਂ ਦੇ ਨਾਲ ਮੈਂ ਕੰਮ ਕੀਤਾ, 75 ਤੋਂ ਮੈਂ ਆਪਣੀ ਜ਼ਿੰਦਗੀ ਦਾ ਜੀਵਨ ਸ਼ੁਰੂ ਕੀਤਾ। ਕਈ ਤਾਂ ਹੁਣ ਬੋਲਦੇ ਦੱਸ ਦੇਣਾ ਜੀ ਅਕਾਲੀ ਦਲ ਨੇ ਇਹਨਾਂ ਨੂੰ ਬਹੁਤ ਕੁਛ ਦਿੱਤਾ ਜੀ, ਅਕਾਲੀ ਦਲ ਨੇ ਸਾਨੂੰ ਬਹੁਤ ਕੁਛ ਦਿੱਤਾ ਤੇ ਅਸੀਂ ਵੀ ਅਕਾਲੀ ਦਲ ਨੂੰ ਬਹੁਤ ਕੁਛ ਦਿੱਤਾ ਆਪਣੀ ਜ਼ਿੰਦਗੀ ਦੇ ਸਾਰਾ ਜਿਹੜਾ ਕੀਮਤੀ ਸਮਾਂ 48 ਸਾਲ। ਪਹਿਲੀ ਜਿਹੜੀ ਸੀਗੀ ਜੇਲ੍ਹ ਐਮਰਜੈਂਸੀ ਚ ਮੈਂ ਛੋਟੀ ਉਮਰ ਦੇ ਵਿੱਚ ਹੀ ਕੱਟੀ ਸੀ 75 ਚ। ਫਿਰ ਬਾਲ ਸਾਹਿਬ ਦੇ ਨਾਲ ਧਰਮ ਯੁੱਧ ਮੋਰਚਾ ਦੇ ਵਿੱਚ ਇਕੱਠੇ ਰਹੇ ਲੁਧਿਆਣੇ ਅਸੀਂ 3 ਮਹੀਨੇ ਜੇਲ੍ਹ ਦੇ ਵਿੱਚ। ਉਦੋਂ ਬਾਅਦ ਤਾਂ ਫਿਰ 82 ਤੋਂ ਲੈ ਕੇ 97 ਤਾਈਂ ਅਸੀਂ 3 ਬੰਦੇ, ਮੈਂ ਤੇ ਜੋਰਾ ਸਿੰਘ ਮਾਨ ਤੇ ਗਰਚਾ ਮਾਨ ਸਿੰਘ ਗਰਚਾ, ਅਸੀਂ ਐਜ ਗਨਮੈਨ ਵੀ ਬਾਲ ਸਾਹਿਬ ਨਾਲ ਕੰਮ ਕਰਦੇ ਰਹੇ। ਉਸ ਵੇਲੇ ਹਾਲਾਤ ਇਹੋ ਜਿਹੇ ਸੀਗੇ, ਤੁਹਾਨੂੰ ਪਤਾ ਹੀ ਹੈ ਬਹੁਤ ਔਖਾ ਸਮਾਂ ਸੀ ਉਹਨਾਂ ਵੇਲਿਆਂ ਦਾ, ਜਿਹੜਾ 82 ਤੋਂ ਲੈ ਕੇ 97 ਤਾਈਂ ਬਹੁਤ ਖਤਰਨਾਕ ਸਮਾਂ ਸੀਗਾ। ਸੋ ਹਰ ਤਰ੍ਹਾਂ ਦਾ ਨੇੜਿਓਂ ਵੇਖਿਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਸਹਿਨਸ਼ੀਲਤਾ ਵੀ ਬੜੀ ਸੀ। ਉਹ ਹਰ ਗੱਲ ਜੇ ਕੋਈ ਬੰਦਾ ਉਹਨਾਂ ਦਾ ਦੋਸਤ ਮਿੱਤਰ ਜਾਂ ਵਰਕਰ ਕੋਈ ਰੁੱਸ ਵੀ ਜਾਂਦਾ ਸੀ ਤਾਂ ਉਹ ਮਨਾ ਵੀ ਲੈਂਦੇ ਸੀ, ਆਪ ਘਰੇ ਵੀ ਜਾ ਵੜਦੇ ਸੀ, ਟੈਲੀਫੋਨ ਵੀ ਕਰ ਲੈਂਦੇ ਸੀ, ਉਹ ਕੋਈ ਰੱਖਦੇ ਨਹੀਂ ਸੀ ਇਹ ਜੀ ਗੱਲ। ਇਸ ਕਰਕੇ ਉਹਨਾਂ ਦੇ ਵੇਲੇ ਕੋਈ ਪ੍ਰੋਬਲਮ ਨਹੀਂ ਆਈ। ਹੁਣ ਸਾਡੇ ਪ੍ਰਧਾਨ ਸਾਹਿਬ, ਮੈਂ ਨਹੀਂ ਕਹਿੰਦਾ ਕਿ ਐਜ ਮੈਨ ਉਹ ਢਿੱਡੋਂ ਕੋਈ ਮਾੜੇ ਬੰਦੇ ਨੇ ਜਾਂ ਹੋਰ, ਮੈਂ ਉਹਨਾਂ ਦੇ ਨਾਲ ਵੀ ਕਾਫੀ ਚਿਰ ਅਸੀਂ ਇਕੱਠਿਆਂ ਕੰਮ ਕੀਤਾ, ਮੈਂ ਅੱਜ ਕਹਾਂ ਵੀ ਉਹ ਤਾਂ ਹੁਣ ਬਹੁਤ ਮਾੜੇ ਬੰਦੇ ਆ ਜੀ, ਪਰ ਉਹਨਾਂ ਦੇ ਵਿੱਚ ਤੇ ਬਾਲ ਸਾਹਿਬ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਹਨਾਂ ਨੂੰ ਵੀ ਜੇ ਹਲੇ ਵੀ ਕੋਈ ਵੇਲਾ ਨਹੀਂ ਏਡਾ, ਕਈ ਹਰ ਚੀਜ਼ ਦਾ ਕੋਈ ਨਾ ਕੋਈ ਹੱਲ ਨਿਕਲਿਆ ਉਹਦਾ ਹੁੰਦਾ, ਹਲੇ ਵੀ ਇਹੋ ਜਿਹੀ ਗੱਲ ਨਹੀਂ ਕਿ ਇਹਦਾ ਵੀ ਕੋਈ ਹੱਲ ਨਹੀਂ ਨਿਕਲਦਾ ਹੈਗਾ, ਕਿ ਆਕੜ ਨਹੀਂ ਕਰਨੀ ਚਾਹੀਦੀ, ਕਦੇ ਵੀ ਜਿੱਦ ਨਹੀਂ ਕਰਨੀ ਚਾਹੀਦੀ। ਜਿਵੇਂ ਈਵਨ ਸਾਡੇ ਪ੍ਰਧਾਨ ਮੰਤਰੀ ਜੀ ਲੈ ਲਓ ਮੋਦੀ ਸਾਹਿਬ, ਮੈਨੂੰ 3-4 ਸਟੇਜਾਂ ਉਹਨਾਂ ਦੀਆਂ ਬਠਿੰਡੇ ਚਲਾਉਣ ਦਾ ਮੌਕਾ ਮਿਲਿਆ, ਉਹ ਜਿੰਨੇ ਬੰਦੇ ਸਟੇਜ ਤੇ ਬੈਠੇ ਹੁੰਦੇ ਸੀ ਸਾਰਿਆਂ ਦਾ ਇੱਜ਼ਤ ਨਾਲ ਨਾਂ ਲੈਂਦੇ ਸੀ। ਵਾਜਪੇਈ ਸਾਹਿਬ ਦੀ ਇੱਕ ਸਟੇਜ ਮੈਨੂੰ ਚਲਾਉਣ ਦਾ ਮੌਕਾ ਮਿਲਿਆ ਬਠਿੰਡੇ, ਉਹ ਵੀ ਨਾਂ ਲੈਂਦੇ ਹੁੰਦੇ, ਤੇ ਬਾਦਲ ਸਾਹਿਬ ਦੀਆਂ ਤਾਂ ਕਿੰਨੀਆਂ ਹੀ ਪਤਾ ਹੀ ਨਹੀਂ ਕਿੰਨੀਆਂ ਚਲਾਈਆਂ, ਉਹ ਵੀ ਸਾਰੇ ਬੰਦਿਆਂ ਦਾ ਸਟੇਜ ਤੇ ਨਾਂ ਲੈਂਦੇ ਸੀ। ਇਹ ਸਾਡੇ ਪਤਾ ਨਹੀਂ ਕਿਉਂ ਪ੍ਰਧਾਨ ਜੀ ਚ ਇਹ ਕਿਉਂ ਆਈ ਇਹ ਗੱਲ, ਇਹ ਕਿਸੇ ਦਾ ਨਾਂ ਹੀ ਨਹੀਂ ਲੈਂਦੇ, ਦੋਨੇ ਮੀਆਂ ਬੀਬੀ ਨਾ ਬੀਬਾ ਹਰਸਿਮਰਤ ਕੌਰ ਜੀ ਤੇ ਨਾ ਸਰਦਾਰ ਸੁਖਬੀਰ ਸਿੰਘ ਬਾਦਲ, ਇਹ ਕਿਸੇ ਵੀ ਸਾਥੀ ਦਾ, ਇਹ ਤੋਂ ਸਾਰੇ ਵੱਡੇ ਨੇ, ਇਹ ਤੋਂ ਸਾਰਿਆਂ ਦੀਆਂ ਕੁਰਬਾਨੀਆਂ ਜ਼ਿਆਦਾ ਨੇ, ਪਰ ਕਿਸੇ ਦਾ ਨਾਂ ਨਹੀਂ ਸਟੇਜ ਤੇ ਜਿਤਨਾ ਲੈ ਕੇ ਰਾਜੀ। ਇਹ ਕਿਉਂ ਪਤਾ ਨਹੀਂ ਕਿਉਂ ਕਿਹਨੇ ਇਹ ਗੱਲ ਦੱਸੀ ਹੈ, ਕਿਹਨੇ ਇਹਨੂੰ ਗੱਲ ਸਿਖਾਈ ਹੈ। ਫਿਰ ਜੇ ਕੋਈ ਬੰਦੇ ਦੀ ਮਾੜੀ ਮੋਟੀ ਕੋਈ ਕਿਸੇ ਵੇਲੇ ਹੋ ਜਾਂਦੀ ਹੈ ਤੇ ਡਿਊਟੀ ਬਣਦੀ ਹੁੰਦੀ ਹੈ, ਮੁਖੀ ਦੀ ਡਿਊਟੀ ਬਣਦੀ ਹੁੰਦੀ ਹੈ ਕਿ ਮੈਂ ਇਹਨੂੰ ਬਰਿਆ ਲਾਂ, ਟੱਬਰ ਇਕੱਠਾ ਪਰਿਵਾਰ ਇਕੱਠਾ ਟੱਬਰ ਇਕੱਠਾ ਰਵੇ ਤਾਂ ਚੰਗਾ ਹੁੰਦਾ। ਮੁਲਕ ਸਾਹਿਬ ਕਹਿੰਦੇ ਜਦੋਂ ਛੋਟੀ ਛੋਟੀ ਗੱਲ ਤੋਂ ਫਰੈਕਸ਼ਨ ਪੈਣੀ ਸ਼ੁਰੂ ਹੁੰਦੀ, ਛੋਟੀ ਛੋਟੀ ਗੱਲ ਤੋਂ ਸ਼ੁਰੂ ਹੁੰਦੀ, ਜਿਵੇਂ ਤੁਸੀਂ ਨਾਮ ਵਾਲੀ ਐਗਜ਼ਾਮਪਲ ਦਿੱਤੀ, ਬੜੀ ਛੋਟੀ ਜਿਹੀ ਵੈਸੇ ਤਾਂ ਗੱਲ ਹੈ, ਪਰ ਇਹਦੇ ਤੋਂ ਗੱਲ ਫਰਕ ਪੈਂਦਾ ਇੱਥੋਂ ਤੀਕਰ ਪਹੁੰਚ ਗਿਆ ਕਿ ਜਿਹੜੀਆਂ ਚੀਜ਼ਾਂ ਅੱਜ ਆਪਾਂ ਨੂੰ ਇੱਥੇ ਕਰਨੀਆਂ ਪੈ ਰਹੀਆਂ, ਕਿ ਇਹ ਚੀਜ਼ਾਂ ਕਦੇ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਨਾਲ, ਕਦੇ ਮੀਟਿੰਗ ਦੇ ਵਿੱਚ ਇਹ ਚੀਜ਼ਾਂ ਤੁਸੀਂ ਜਾਂ ਕਿਸੇ ਹੋਰ ਨੇ ਚੁੱਕੀਆਂ? ਨਹੀਂ, ਵੇਖੋ ਸਾਡਾ ਉਹਨਾਂ ਨਾਲ ਪਰਿਵਾਰਕ ਸੰਬੰਧ ਰਹੇ ਆ। ਅੱਜ ਵੀ ਮੈਂ ਨਹੀਂ ਕਹਿੰਦਾ ਵੀ ਕੋਈ ਐਸੀ ਸਾਡੀ ਕੋਈ ਇਹੋ ਜਿਹੀ ਗੱਲ ਆ ਜਿਹੜੀ ਕਿ ਉਹਨਾਂ ਨਾਲ ਕਿਸੇ ਕਿਸਮ ਦੀ ਕੋਈ ਤਲਖ ਕਲਾਮੀ ਵਾਲੀ ਹੈ। ਚਲੋ ਇਲੈਕਸ਼ਨ ਲੜੀ ਗਈ, ਇਲੈਕਸ਼ਨ ਦੇ ਵਿੱਚ ਵੀ ਮੇਰੀ ਸਮਝ ਦੇ ਵਿੱਚ ਇਹਨਾਂ ਨੂੰ ਫਾਇਦਾ ਹੀ ਹੋਇਆ, ਕਿਉਂਕਿ ਬੀਜੇਪੀ ਨੇ ਤਾਂ ਜ਼ਿਆਦਾ ਕਾਂਗਰਸ ਦੀ ਵੋਟ ਹੀ ਲਈ ਹੈ, ਉੱਥੇ ਸ਼ਹਿਰਾਂ ਦੀ ਵੋਟ ਜ਼ਿਆਦਾ ਅਸਰ ਕੀਤਾ। ਅਸੀਂ ਇਹ ਕਹੀਆਂ ਸਾਰੀਆਂ ਗੱਲਾਂ ਜਿਹੜੀ ਤੁਸੀਂ ਆ ਬੀਜੇਪੀ ਲਈ, ਲੋਕ ਇਹ ਵੀ ਕਹਿੰਦੇ ਸੀ, ਕਹਿੰਦੇ ਵੀ ਇਹ ਵੀ ਕਹਿੰਦੇ ਘਰ ਦਾ ਘਰ ਹੀ ਖੜਾ ਕਰਤਾ ਵੀ ਵੋਟਾਂ ਡਿਵਾਈਡ ਕਰਨ ਨੂੰ ਕਿਹੜੀਆਂ ਕਰਤੀਆਂ? ਇਹੋ ਜਿਹੀ ਕੋਈ ਗੱਲ ਨਹੀਂ ਸੀ, ਨਾ ਇਹੋ ਜਿਹੀ ਗੱਲ ਕਦੇ ਹੁੰਦੀ ਹੈ ਜਦੋਂ ਇਲੈਕਸ਼ਨ ਲੜੇ। ਇਲੈਕਸ਼ਨ ਤਾਂ ਬੱਚੇ ਸਾਡੇ ਨਾਰਾਜ਼ ਹੋ ਕੇ ਜਾ ਕੇ ਟਿਕਟ ਲੈ ਕੇ ਆਏ, ਇਹਨਾਂ ਤੋਂ ਨਾਰਾਜ਼ ਹੋ ਗਏ।
ਮੇਰੇ ਰੋਕਣ ਦੇ ਬਾਵਜੂਦ ਗਏ ਆ। ਮੈਂ ਕਦੇ ਲੁਕੋ ਕੇ ਗੱਲ ਨੀ ਕਰਦਾ ਹੁੰਦਾ, ਨਾ ਮੈਂ ਕੋਈ ਗੱਲ ਜਿਹੜੀ ਸੱਚੀ ਗੱਲ ਆ ਉਹਨੂੰ ਪਾਸੇ ਕਰਦਾ। ਉਹ ਆਪਣੀ ਮਰਜ਼ੀ ਨਾਲ ਗਏ ਆ, ਨਹੀਂ ਮੰਨੇ ਮੇਰੇ ਰੋਕਣ ਦੇ ਬਾਵਜੂਦ ਵੀ ਨਹੀਂ ਮੰਨੇ। ਮੈਂ ਇਹਨਾਂ ਨੂੰ ਵੀ ਕਿਹਾ ਸੀ ਵੀ ਕਿਵੇਂ ਨਾ ਕਿਵੇਂ ਤੁਸੀਂ ਵਰਿਆ ਲਓ, ਕਿਉਂਕਿ ਜਦੋਂ ਉਹਨਾਂ ਨੇ ਸਾਰੀਆਂ ਚੀਜ਼ਾਂ ਵੇਖ ਲਈਆਂ, ਕੁਛ ਵੀ ਨਾ ਉਹਨਾਂ ਦੀ ਗੱਲ ਸੁਣੀ ਗਈ, ਫੇਰ ਹੀ ਉਹ ਗਏ। ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਨਹੀਂ ਕੀਤੀ? ਨਹੀਂ, ਜੇ ਕਰ ਲੈਂਦੇ ਤਾਂ ਸ਼ਾਇਦ ਹੋ ਜਾਂਦਾ, ਨਾ ਹੁੰਦੀ। ਅੱਛਾ, ਹੁਣ ਕੀ ਲੱਗਦਾ ਫਿਰ ਕੀ ਸਟੈਪ ਆ ਜਿਹੜਾ ਤੁਹਾਨੂੰ ਲੱਗਦਾ ਕਿ ਏਡੂ ਘੱਟ ਗੁਜ਼ਾਰਾ ਨਹੀਂ ਹੋਣਾ ਅਕਾਲੀ ਦਲ ਚ? ਨਹੀਂ, ਅਕਾਲੀ ਦਲ ਦਾ ਤਾਂ ਵੇਖੋ, ਲੋਕ ਜਿਹੜੇ ਇਸ ਵੇਲੇ ਜਿਹੜੀ ਗੱਲ ਹੈਗੀ ਆ, ਜਿਹੜੀ ਸੱਚੀ ਗੱਲ ਹੈਗੀ ਆ, ਲੋਕ ਅਕਾਲੀ ਦਲ ਨੂੰ ਤਾਂ ਚਾਹੁੰਦੇ ਆ। ਲੋਕ ਕਿਤੇ ਵੀ ਕਹਿੰਦੇ ਅਕਾਲੀ ਦਲ ਮਰਨਾ ਨੀ ਚਾਹੀਦਾ, ਅਕਾਲੀ ਦਲ ਤਕੜਾ ਰਹਿਣਾ ਚਾਹੀਦਾ, ਅਕਾਲੀ ਦਲ ਪੰਜਾਬ ਦੇ ਭਲੇ ਦੀ ਪਾਰਟੀ। ਈਵਨ ਵਿਰੋਧੀ ਵੀ ਕਹਿੰਦੇ ਨੇ, ਜਿਹੜੇ ਵਿਰੋਧੀ ਉਹ ਵੀ ਕਹਿੰਦੇ ਨੇ ਅਕਾਲੀ ਦਲ ਤਕੜਾ ਹੋਣਾ ਚਾਹੀਦਾ, ਅਕਾਲੀ ਦਲ ਬਚਣਾ ਚਾਹੀਦਾ। ਹਲੇ ਪਤਾ ਨੀ ਕਿਉਂ ਇਹਨਾਂ ਦੇ ਪਰਿਵਾਰ ਦੇ ਉੱਤੇ ਲੋਕੀ ਨਾਰਾਜ਼ ਨੇ, ਕਿਉਂ ਇਹਨਾਂ ਦੇ ਪਰਿਵਾਰ ਨੂੰ ਲੋਕੀ ਹਲੇ ਨਹੀਂ ਉਹ ਚਾਹੁੰਦੇ ਜਿਵੇਂ ਬਾਲ ਸਾਹਿਬ ਨੂੰ ਚਾਹੁੰਦੇ ਸੀ ਜਾਂ ਹੋਰ ਸੀ। ਇੱਥੇ ਆ ਕੇ ਥੋੜੀ ਜਿਹੀ ਪ੍ਰੋਬਲਮ ਹੈ। ਤੁਹਾਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਦਲ ਨਹੀਂ ਹੋਏਗੀ, ਉਹਨਾਂ ਦੇ ਪ੍ਰਧਾਨ ਹੁੰਦੇ ਅਕਾਲੀ ਦਲ ਸਰਵਾਈਵ ਨਹੀਂ ਕਰ ਸਕਦਾ? ਮੈਨੂੰ ਲੱਗਦਾ ਵੀ ਜੇ ਚੇਂਜ ਹੋ ਜੇ ਤਾਂ ਬੜੀ ਛੇਤੀ ਅਕਾਲੀ ਦਲ ਫੇਰ ਤੁਹਾਡੇ ਕੋਲੇ ਸਾਹਮਣੇ ਆ ਗਿਆ। ਦੋ ਆਪਣੇ ਕੋਲੇ ਉਦਾਹਰਣਾਂ ਆ ਗਈਆਂ ਇਸੇ ਇਲੈਕਸ਼ਨ ਦੇ ਵਿੱਚ ਹੀ। ਇੱਕ ਤਾਂ ਤੁਹਾਡੀ ਫਰੀਦਕੋਟ ਦੀ ਸੀਟ ਦੀ ਆ ਗਈ, ਇੱਕ ਤੁਹਾਡੀ ਪਰੇ ਖਡੂਰ ਸਾਹਿਬ ਦੀ ਸੀਟ ਦੀ ਆ ਗਈ। ਦੋ ਉਦਾਹਰਣਾਂ ਆ ਗਈਆਂ, ਕਿਵੇਂ ਲੋਕਾਂ ਨੇ ਅਕਾਲੀ ਦਲ ਨੂੰ ਤਾਂ ਜਿਤਾਇਆ ਹੀ ਹੈ ਲੋਕਾਂ ਨੇ। ਉੱਥੇ ਦੋ ਥਾਵਾਂ ਤੇ ਲੋਕਾਂ ਨੂੰ ਲੱਗਿਆ ਵੀ ਇਹ ਅਕਾਲੀ ਦਲ ਖੜਾ, ਉਹਨਾਂ ਨੇ ਜਿਤਾਤਾ ਲੋਕਾਂ ਨੂੰ। ਮੈਨੂੰ ਲੱਗਦਾ ਤਿੰਨ ਚਾਰ ਬੰਦੇ, ਯਾਨੀ ਪੰਥਕ ਸੋਚ ਤੇ ਅਕਾਲੀ ਦਲ ਨੂੰ ਪੰਥਕ ਸੋਚ ਨਾਲ ਜੋੜਿਆ ਗਿਆ, ਉੱਥੇ ਜੋੜਾਤਾ, ਸਾਡੀਆਂ ਜਮਾਨਤਾਂ ਜ਼ਬਤ ਕਰਾਤੀਆਂ, ਉਲਟਾ ਕਰਾਤਾ ਕੰਮ। ਤੁਸੀਂ ਹਲੇ ਵੀ ਸਾਨੂੰ ਇੰਨੀ ਇੰਨੀ ਵੀ ਵੋਟ, ਮੈਂ ਕਹਿੰਦਾ ਉਹ ਪੈ ਗਈ ਹੈ ਅਕਾਲੀ ਦਲ ਨੂੰ 6-7-8 ਹਜ਼ਾਰ ਜਿਹੜੀ ਵੋਟ ਪਈ ਹੈ ਹਲਕਿਆਂ ਚ, ਇਹ ਉਹ ਪੈ ਗਈ ਜਿਨ੍ਹਾਂ ਦੀ ਸਹੁੰ ਖਾਧੀ ਹੈ ਵੀ ਅਸੀਂ ਅਕਾਲੀ ਦਲ ਤੋਂ ਬਾਹਰ ਪਾਉਣੀ ਹੀ ਨਹੀਂ। ਉਹ ਵੋਟ ਪਈ ਹੈ ਸਾਨੂੰ, ਬਾਕੀ ਵੋਟ ਨਹੀਂ ਪਈ ਜਿਹੜੀ ਆਮ ਸਾਨੂੰ ਪੈਣੀ ਚਾਹੀਦੀ ਹੈ। ਸੋ ਇਹ ਡਿਊਟੀ ਹੁੰਦੀ ਹੈ ਪ੍ਰਧਾਨ ਦੀ, ਵੇਖੋ ਪ੍ਰਧਾਨ ਸਾਹਿਬ ਦੀ ਡਿਊਟੀ ਹੁੰਦੀ ਹੈ ਕਿ ਜਿੱਥੇ ਵੀ ਕਿਤੇ ਕੋਈ ਪ੍ਰੋਬਲਮ ਹੈ ਜਾਂ ਹੋਰ ਹੈ, ਅਸੀਂ ਤਾਂ ਕਈ ਵਾਰੀ ਗੱਲਾਂ ਕਹਿੰਦੇ ਹਾਂ ਪ੍ਰਧਾਨ ਸਾਹਿਬ ਨੂੰ, ਇਹਨੂੰ ਆਏ ਠੀਕ ਕਰ ਲਈਏ, ਇਹਨੂੰ ਆਹ ਕਰ ਲਈਏ, ਆਪਾਂ ਨੂੰ ਐਂ ਹੋਣਾ, ਆਏ ਨੁਕਸਾਨ ਹੋਜੂ, ਫਿਰ ਉਹਨਾਂ ਦੀ ਕੋਈ ਗੱਲ ਹੁੰਦੀ ਹੈ ਨਹੀਂ, ਜੋ ਮੱਥੇ 'ਚ ਲਿਖਿਆ ਮਿਲ ਜੂਗਾ, ਜੇ ਇੱਥੇ ਮੱਥੇ 'ਚ ਲਿਖਿਆ ਤਾਂ ਮੈਨੂੰ ਮਿਲ ਜੂਗਾ, ਨਹੀਂ ਲਿਖਿਆ ਮੈਨੂੰ ਕੋਈ ਦਵਾ ਦੇ, ਮੈਨੂੰ ਦਵਾ ਨਹੀਂ ਸਕਦਾ, ਮੈਂ ਤਾਂ ਜੋ ਹੈਗਾ ਠੀਕ ਹੈ, ਮੈਂ ਤਾਂ ਇਹ ਵੀ ਚਲਾਉਣਾ ਕੰਮ ਆਪਦੀ, ਇਕੱਲੇ ਦਾ ਚੱਲੂਗਾ, ਰਾਏ ਨਹੀਂ ਚੱਲਦੀ ਹੁੰਦੀ, ਇੱਕ ਬੰਦੇ ਦੀ ਪ੍ਰਧਾਨਗੀ ਚੱਲਣੀ ਚਾਹੀਦੀ ਹੈ, ਬਾਹਲੇ ਬੰਦਿਆਂ ਦੀ ਪ੍ਰਧਾਨਗੀ, ਮੇਰੇ ਮੂੰਹ ਤੇ ਆਪ ਆ ਕੇ ਚਾਹੁੰਦੇ ਮੈਂ ਕਿਸੇ ਸਲਾਹ ਨਹੀਂ ਲੈਣੀ, ਕਹਿੰਦਾ ਇਕੱਲੇ ਦੀ ਰਾਏ ਨਾਲ ਹੀ ਚੱਲਦਾ ਹੁੰਦਾ ਸਾਰਾ ਕੁਛ, ਇੱਕ ਬੰਦੇ ਦੀ ਚੱਲੂਗੀ ਤਾਂ ਚੱਲੂਗੀ, ਨਹੀਂ ਚੱਲਦੀ ਦੀ ਗੱਲ, ਯਾਨੀ ਸਪਸ਼ਟ ਜਵਾਬ ਉਹਨਾਂ ਦਾ, ਜਵਾਬ ਇਕੱਲਿਆਂ ਨਾਲ, ਤੁਹਾਨੂੰ ਮੂੰਹ ਤੇ ਦਿੱਤਾ ਜਵਾਬ, ਹਾਂ ਇਕੱਲਿਆਂ ਨਾਲ, ਇਹ ਕਹਿੰਦੇ ਵੀ ਮੈਂ ਹੀ ਕਰਨਾ ਜੋ ਕਰਨਾ, ਇੱਕ ਬੰਦੇ ਦੀ ਰਾਈ ਚੰਗੀ ਹੁੰਦੀ ਹੈ, ਇੱਕ ਬੰਦੇ ਦੀ ਰਾਈ ਪੁੱਗਦੀ ਹੁੰਦੀ ਹੈ, ਇੱਕ ਬੰਦੇ ਦੀ ਗੱਲ ਹੀ ਫਿੱਟ ਹੁੰਦੀ ਹੈ, ਬਾਹਲੇ ਬੰਦਿਆਂ ਦੀ ਗੱਲ ਫਿੱਟ ਕਦੇ ਆਉਂਦੀ ਨਹੀਂ ਹੁੰਦੀ। ਇੱਕ ਇਹ ਵੀ ਕਈ ਵਾਰੀ ਚਰਚਾਵਾਂ ਚੱਲਦੀਆਂ, ਪਤਾ ਨਹੀਂ ਸਹੀ ਹੈ ਕਮੇਟੀ ਆ ਜਾਂ ਉਹ ਵਰਕਿੰਗ ਕਮੇਟੀ, ਇਹ ਤਾਂ ਉਹੀ ਫਾਰਮੈਲਿਟੀਆਂ ਨੇ, ਨਹੀਂ ਤਾਂ 5-5-6 ਘੰਟੇ ਬੈਠੇ ਮੀਟਿੰਗਾਂ 'ਚ ਕੀ ਕਰਦੇ ਆ ਫਿਰ? ਬਸ ਉਹ ਗੱਲਾਂ ਬਾਤਾਂ ਬੈਠੇ ਸੁਣੀ ਜਾਂਦੇ ਆ, ਹੋਰ ਕੀ ਸੁਣਾ, ਉਹ ਬੰਦੇ ਆਪਦੀਆਂ ਸੁਣਾ ਲੈਂਦੇ ਆ, ਉਹ ਸੁਣ ਲੈਂਦੇ ਆ, ਅਸਰ ਤਾਂ ਕਿਸੇ ਤੇ ਹੁੰਦਾ ਨਹੀਂ। ਐਤਕੀ ਵੀ ਬੜੀ ਲੰਮੀ ਕੋਰ ਕਮੇਟੀ ਮੀਟਿੰਗ ਚੱਲੀ ਸੀ, ਏਦਾਂ ਲੱਗ ਰਿਹਾ ਸੀ ਪਤਾ ਨਹੀਂ ਅੰਦਰ ਕਿਹੜੇ ਫੈਸਲੇ ਲਏ ਜਾ ਰਹੇ ਆ ਤੇ ਕੀ ਚੱਲ ਰਿਹਾ ਸੀ ਅੰਦਰ, ਕੁਛ ਵੀ ਨਹੀਂ ਨਿਕਲਿਆ, ਇੱਕ ਗੱਲ ਤੇ ਇੱਕ ਵੀ ਨਹੀਂ ਆਈ, ਤੁਹਾਡੇ ਹਨੇਰਾ ਕਰਤਾ ਤੁਸੀਂ ਤਾਂ ਦੁਪਹਿਰ ਦੇ ਬੈਠੇ ਸੀ। ਨਹੀਂ, ਮੈਂ ਕਿਹਾ ਇੱਕ ਵੀ ਨਹੀਂ ਗੱਲ ਤੇ, ਕੋਈ ਇੱਕ ਵੀ ਨਹੀਂ ਆਈ, ਕੋਈ ਗੱਲ ਤਾਂ ਆਈ ਹੋਵੇ ਜਿਹੜੀ ਕੋਈ ਕਿਸੇ ਭਲੇ ਦੀ ਕੋਈ ਆਈ ਹੋਵੇ ਚੰਗੀ, ਤੇ ਕੋਈ ਮਤਾ ਆਇਆ ਸੀ ਉਹਨੂੰ ਲੈ ਕੇ ਰੌਲਾ ਪੈ ਗਿਆ ਬਾਅਦ ਚ, ਰੌਲਾ ਪੈ ਗਿਆ, ਮਤਾ ਹੈ ਹੀ ਨਹੀਂ ਸੀ, ਆਪੇ ਐਵੇਂ ਲਿਖਤਾ ਉਹਨੇ ਬੈਂਸ ਸਾਹਿਬ ਨੇ, ਮਤਾ ਤਾਂ ਆਇਆ ਹੀ ਨਹੀਂ ਸੀਗਾ ਮੀਟਿੰਗ ਵਿੱਚ। ਅੱਛਾ, ਤੁਸੀਂ ਜਿਹੜਾ ਖਡੂਰ ਸਾਹਿਬ ਤੇ ਫਰੀਦਕੋਟ ਸੀਟ ਦੀ ਗੱਲ ਕੀਤੀ, ਤੁਹਾਨੂੰ ਕੀ ਲੱਗਦਾ ਕਿ ਇੱਥੇ ਕੀ ਹੋਣਾ ਚਾਹੀਦਾ ਸੀ? ਕਿਉਂਕਿ ਤੁਹਾਡੇ ਤਾਂ ਕੈਂਡੀਡੇਟ, ਤੁਹਾਡੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ, ਉਹ ਤਾਂ ਅੰਮ੍ਰਿਤਪਾਲ ਔਰ ਇਹਨਾਂ ਦੇ ਖਿਲਾਫ ਖੁੱਲ੍ਹ ਕੇ ਬੋਲਦੇ ਰਹੇ, ਵਿਰਸਾ ਸਿੰਘ ਵਿਟੋਆ ਅੰਮ੍ਰਿਤਪਾਲ ਦੇ ਖਿਲਾਫ ਖੁੱਲ੍ਹ ਕੇ ਬੋਲਦੇ ਰਹੇ, ਕੀ ਹੋਣਾ ਚਾਹੀਦਾ ਸੀ ਉੱਥੇ? ਲੜਨਾ ਤਾਂ ਵੇਖੋ ਪਾਰਟੀ ਨੂੰ ਆਪਣੇ ਲੈਵਲ ਤੇ ਚਾਹੀਦਾ ਹੁੰਦਾ, ਜਿਵੇਂ ਪਾਰਟੀ ਲੜੀ ਹੈ, ਲੜਨਾ ਤਾਂ ਇਵੇਂ ਹੁੰਦਾ ਹੁੰਦਾ, ਲੜਨਾ ਤਾਂ ਇਵੇਂ ਪੈਂਦਾ ਹੁੰਦਾ। ਪਰ ਜੇ ਗੱਲ ਲੋਕਾਂ ਦੇ ਚੋਂ ਆਉਣ ਲੱਗ ਜੇ ਪਬਲਿਕ 'ਚ ਗੱਲ ਉੱਠ ਖੜੇ, ਜਿਵੇਂ ਪਹਿਲਾਂ ਕਿਹਾ 99 'ਚ ਉੱਠੀਆਂ ਸੀ, 99 'ਚ ਵੀ ਸਥਿਤੀ ਪੈਦਾ ਹੋਈ ਸੀਗੀ, ਉਦੋਂ ਸਾਨੂੰ 2 ਸੀਟਾਂ ਉਹ ਮੰਗ ਰਹੇ ਸਾਥੋਂ ਮਾਨ ਦਲ ਵਾਲੇ ਵੀ 2 ਸੀਟਾਂ ਦੇ ਦਿਓ, ਇੱਕ ਸਿਮਰਜੀਤ ਮਾਨ ਦੀ ਦੇ ਦਿਓ ਅਤੇ ਇੱਕ ਬੀਬੀ ਬਿਮਲ ਕੌਰ ਖਾਲਸਾ ਦੀ ਦੇ ਦਿਓ, ਵੀ 2 ਸੀਟਾਂ ਦੇ ਦਿਓ ਸਾਨੂੰ। ਅਸੀਂ ਉਹ ਨਹੀਂ ਦਿੱਤੀਆਂ ਉਹਨਾਂ ਨੂੰ, ਫਿਰ ਅਖੀਰ ਮਗਰੋਂ 2 ਤਾਂ ਛੱਡ ਵੀ ਦਿੱਤੀਆਂ ਉਹਨਾਂ ਦੀਆਂ, ਅਤੇ ਉਹਨਾਂ ਨੇ ਬੰਦੇ ਖੜੇ ਕਰਤੇ, ਉਦੋਂ ਵੀ 9-10 ਬੰਦੇ ਉਹਨਾਂ ਦੀ ਜਿੱਤ ਗਈ ਸੀਗੀ ਪੰਜਾਬ ਦੇ ਵਿੱਚ 99 ਦੇ ਵਿੱਚ। ਹੁਣ ਵੀ ਉਹਨਾਂ ਨੇ ਇਕੱਲਾ ਅੰਮ੍ਰਿਤਪਾਲ ਦੀ ਗੱਲ ਹੀ ਸੀਗੀ, ਅੰਮ੍ਰਿਤਪਾਲ ਵਾਲੀ ਸੀਟ ਵੀ ਛੱਡ ਦਿਓ,
ਤੇ ਸਾਨੂੰ ਮੇਰੀ ਸਮਝ ਦੇ ਵਿਚ ਭਾਵੇਂ ਠੀਕ ਆ ਕਿ ਔਖਾ ਹੁੰਦਾ ਪਾਰਟੀ ਵਾਸਤੇ, ਪਰ ਜਦੋਂ ਹਵਾ ਬਣ ਗਈ ਸੀ, ਹਵਾ ਬਣ ਗਈ ਸੀ, ਪਤਾ ਲੱਗਣ ਲੱਗ ਗਿਆ ਸੀ ਕਿ ਹਵਾ ਬਣ ਗਈ, ਇਹ ਸੀਟ ਜਾਊਗੀ। ਉਸ ਹੈ ਹੀ ਹਲਕਾ ਪੰਥ ਸ਼ੁਰੂ ਤੋਂ ਇਹ ਜਿਹਾ, ਸਿਮਰਜੀਤ ਮਾਨ ਵੀ ਉੱਥੋਂ ਜਿੱਤਿਆ, ਸੋ ਸਾਨੂੰ ਇਹ ਸੀਟ ਇੱਕ ਸੀਟ ਛੱਡ ਦੇਣੀ ਚਾਹੀਦੀ। ਤੇ ਪਰ ਤੁਸੀਂ ਤਾਂ ਅਕਾਲੀ ਦਲ ਤਾਂ ਪੰਥ ਦੀ ਗੱਲ ਕਰਦਾ ਰਿਹਾ, ਅਕਾਲੀ ਦਲ ਦੇ ਐਸੇ ਹਾਲਾਤ ਕਿਉਂ ਪੈਦਾ ਹੋਏ ਕਿ ਪੰਥਕ ਵੋਟ ਤੁਹਾਨੂੰ ਨਹੀਂ ਪਈ ਔਰ ਲੋਕ ਤੁਹਾਨੂੰ ਪੰਥ ਤੋਂ ਹਟ ਕੇ ਦੇਖਣ ਲੱਗ ਗਏ? ਲੋਕਾਂ ਨੇ ਪੰਥਕ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਇਹਨਾਂ ਨੂੰ ਮੰਨ ਲਿਆ, ਤੁਹਾਨੂੰ ਤਾਂ ਮੰਨਿਆ ਨਹੀਂ? ਨਹੀਂ, ਮੈਂ ਤਾਂ ਖੁਦ ਕਹੀ ਜਾਣਾ, ਮੈਂ ਤਾਂ ਖੁਦ ਹੀ ਕਹੀ ਜਾਣਾ ਵੀ ਸਾਨੂੰ ਨਹੀਂ ਮੰਨਿਆ, ਉਹਨਾਂ ਨੂੰ ਮੰਨਦਾ ਦੋ ਸੀਟਾਂ ਤੇ, ਸਾਨੂੰ ਨਹੀਂ ਮੰਨਿਆ, ਸਾਨੂੰ ਤਾਂ ਵੋਟਾਂ ਹੀ ਨਹੀਂ ਪਾਈਆਂ। ਸਾਨੂੰ ਤਾਂ ਵੋਟਾਂ ਉਹ ਪਈਆਂ ਜਿਹੜੀਆਂ ਵੋਟਾਂ ਲੋਕਾਂ ਦੀ ਸਹੁੰ ਪਾਈ ਵੀ ਆ ਵੀ ਅਸੀਂ ਅਕਾਲੀ ਦਲ ਤੋਂ ਬਾਹਰ ਪਾਉਣੀਆਂ ਨਹੀਂ। ਬਹੁਤੇ ਪੁਰਾਣੇ ਬਜ਼ੁਰਗ ਬੰਦੇ ਪਿੰਡਾਂ 'ਚ ਉਹ ਬੈਠੇ ਨੇ ਹਲੇ ਪੁਰਾਣੀ ਪੀੜ੍ਹੀ ਦੇ, ਜਿਹੜੇ ਕਹਿੰਦੇ ਵੀ ਅਸੀਂ ਅਕਾਲੀ ਦਲ ਤੋਂ ਬਾਹਰ ਵੋਟ ਨਹੀਂ ਪਾਉਣੀ, ਭਾਵੇਂ ਜੋ ਮਰਜ਼ੀ ਅਕਾਲੀ ਕੁਛ ਹੋਵੇ, ਅਸੀਂ ਅਕਾਲੀ ਦਲ ਦੀ ਤੱਕੜੀ ਨੂੰ ਵੋਟ ਪਾਉਣੀ ਆ, ਹੋਰ ਕਿਸੇ ਨੂੰ ਪਾਉਣੀ ਨਹੀਂ। ਸਾਨੂੰ ਤਾਂ ਉਹ ਵੋਟਾਂ ਪਈਆਂ ਨੇ। ਅਕਾਲੀ ਦਲ ਦਾ ਐਸਾ ਸਟੈਂਡ ਕਿਉਂ ਹੋ ਗਿਆ ਕਿ ਇੱਕ ਪਾਸੇ ਤਾਂ ਬੰਦੀ ਸਿੰਘ ਰਿਹਾਈ ਦੀ ਗੱਲ ਹੁੰਦੀ ਹੈ ਜਿਨ੍ਹਾਂ ਤੇ ਬੜੇ ਵੱਡੇ ਮੁਕੱਦਮੇ ਨੇ, ਚਾਹੇ ਮੁੱਖ ਮੰਤਰੀ ਅਸੈਸੀਨੇਸ਼ਨ ਹੋਵੇ ਜਾਂ ਹੋਰ ਮਾਮਲੇ ਹੋਣ, ਬੜੇ ਵੱਡੇ ਮੁਕੱਦਮੇ ਨੇ, ਤੇ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਹੈ ਜਿਨ੍ਹਾਂ ਦੇ ਅਜਨਾਲੇ ਵਾਲੇ ਕਾਂਡ ਨੂੰ ਲੈ ਕੇ ਵਾਲੇ ਸਵਾਲ ਉੱਠੇ, ਤਾਂ ਇਹ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਕਿਉਂ ਫਿਰ ਨਜ਼ਰ ਆਏ? ਬੰਦੀ ਸਿੰਘਾਂ ਦੇ ਵਿੱਚ ਕਹਿੰਦੇ ਕਿ ਉਹ ਬੰਦੀ ਸਿੰਘਾਂ ਦੇ ਵਿੱਚ ਨਹੀਂ ਆਉਂਦਾ, ਉਹਨੂੰ ਵੱਖਰਾ ਤੌਰ ਤੇ ਦੇਖਿਆ ਗਿਆ। ਜਿਹੜਾ ਅਜਨਾਲਾ ਸੀਗਾ, ਜਿਹੜੀ ਅਜਨਾਲੇ ਦੀ ਘਟਨਾ ਸੀ ਥਾਣੇ ਵਾਲੀ, ਉਹ ਤਾਂ ਵੇਖੋ, ਮੈਂ ਅੱਜ ਵੀ ਕਹਿੰਦਾ ਅੰਮ੍ਰਿਤਪਾਲ ਉੱਥੇ ਗਲਤ ਸੀਗਾ। ਇਉਂ ਨਹੀਂ ਚੱਲਦਾ ਹੁੰਦਾ, ਜੋ ਡੈਮੋਕਰੇਟਿਕ ਸਿਸਟਮ ਚੱਲਦਾ ਜਾਂ ਜਿਹਦੇ ਵਿੱਚ ਅਸੀਂ ਜਾਂਦੇ ਹਾਂ, ਜਿਵੇਂ ਉਹ ਗਏ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਪਾਲਕੀ, ਫਿਰ ਥਾਣੇ ਤੇ ਜਾ ਕੇ ਹਮਲਾ ਕੀਤਾ, ਉਹ ਉਹਦੇ ਵਾਸਤੇ ਗਲਤ ਸੀ। ਪਰ ਉਦੋਂ ਮੁੜ ਕੇ ਜੋ ਸਖਤੀਆਂ ਸਰਕਾਰ ਨੇ ਕੀਤੀਆਂ ਨੇ ਉਹਨਾਂ ਦੇ ਉੱਤੇ, ਮੁੜ ਕੇ NSA ਲਾਉਣਾ, ਡਿਬਰੂਗੜ੍ਹ ਜੇਲ੍ਹ 'ਚ ਭੇਜ ਦੇਣਾ, ਉਹ ਤਾਂ ਆਇਆ ਜਿਵੇਂ ਕਿਤੇ ਬਹੁਤ ਵੱਡਾ ਖਤਰਨਾਕ ਬੰਦਾ ਹੁੰਦਾ, ਉਹ ਇਹੋ ਜਿਹੇ ਬੰਦਿਆਂ ਤੇ ਲੱਗੀਆਂ ਹੁੰਦੀਆਂ ਜਿਹੜੀ ਉਹਦੇ ਤੇ ਲਾਈਆਂ, ਮਗਰੋਂ ਆ ਕੇ ਸਰਕਾਰ ਨੇ ਜਾਤੀਆਂ ਕੀਤੀਆਂ ਨੇ। ਤੀਜੀ ਵਾਰੀ ਫਿਰ ਲੱਗ ਗਿਆ ਨਸੀ, ਹਾਂ ਦੂਜੀ ਵਾਰ ਲੱਗ ਗਿਆ, ਤਾਂ ਹੁਣ ਤਾਂ ਐਕਸਟੈਂਡ ਹੋ ਗਿਆ ਜੀ, ਹੋਰ ਹੋ ਗਿਆ। ਚਲੋ ਦੂਜੇ ਸਾਲ ਦਾ ਹੀ ਹੈ, ਪਹਿਲੇ ਇੱਕ ਸਾਲ ਵਾਸਤੇ ਲਾਇਆ ਸੀ, ਹੁਣ ਦੂਜੇ ਸਾਲ ਵਾਸਤੇ ਲਾਤਾ। ਸੋ ਇਸ ਵਾਸਤੇ ਤੇ ਜਿਹੜੀਆਂ ਦੂਜੀਆਂ ਗੱਲਾਂ ਕਰਦੇ ਤੁਸੀਂ ਵੀ ਉਹਨਾਂ ਬੰਦਿਆਂ ਦਾ ਨਹੀਂ ਕਰਦੇ, ਬੰਦੀ ਸਿੰਘਾਂ ਦੀ ਗੱਲ ਆਪਾਂ ਜਿਹਨਾਂ ਦੀ ਕਰਦੇ ਹਾਂ, ਵੇਖੋ ਕਾਨੂੰਨ ਮੁਤਾਬਕ ਹਰ ਬੰਦੇ ਨੂੰ ਸਜ਼ਾ ਹੈ ਨਾ, ਕਿ ਕਤਲ ਕਰੂਗਾ ਉਹਨੂੰ ਇੰਨੀ ਸਜ਼ਾ ਹੋਏਗੀ, ਦੂਜੇ ਨੂੰ ਇੰਨੀ ਹੋਏਗੀ, ਹਰ ਸੰਵਿਧਾਨ ਦੇ ਵਿੱਚ ਲਿਖਿਆ। ਜਿੰਨੀ ਸਜ਼ਾ ਕਰੀ ਸੀਗੀ ਉਹ ਸਜ਼ਾ ਉਹਨਾਂ ਦੀ ਪੂਰੀ ਹੋ ਗਈ ਹੈ। ਜੇ ਸਜ਼ਾ ਪੂਰੀ ਹੋ ਗਈ ਤਾਂ ਫਿਰ ਉਹ ਬੰਦੇ ਛੱਡ ਦੇਣੇ ਚਾਹੀਦੇ ਆ, ਅਤੇ ਸਜ਼ਾ ਤੋਂ ਬਾਅਦ ਤੱਕ ਨਾ ਕਿਸੇ ਨੂੰ ਕਟਾਉਣੀ ਚਾਹੀਦੀ। ਉਹ ਜਿਹੜੀਆਂ ਗੱਲਾਂ ਸੀ ਨਾਲੇ ਉਹ ਜਜ਼ਬਾਤੀ ਹੋਈਆਂ ਸੀ, ਕੋਈ ਜਾਣ ਕੇ ਜਾਂ ਕੋਈ ਲਾਲਚ ਦੇ ਮਾਰਿਆਂ ਨੂੰ ਜਾਂ ਕਿਸੇ ਹੋਰ ਗੱਲਾਂ 'ਚ ਨਹੀਂ ਸੀ। ਪਰ ਅੱਜ ਉਹਨਾਂ ਦੀ ਭੈਣ ਨੂੰ ਤੁਸੀਂ ਖੜਾ ਕੀਤਾ ਸੀ ਸੰਗਰੂਰ, ਉੱਥੇ ਵੀ ਤੁਹਾਡੇ ਹਾਲਾਤ ਬੜੇ ਮਾੜੇ ਰਹੇ। ਮਾੜੇ ਰਹੇ, ਬਿਲਕੁਲ ਮਾੜੇ ਰਹੇ, ਨਹੀਂ ਪਾਈਆਂ ਲੋਕਾਂ ਨੇ ਵੋਟਾਂ। ਫਿਰ ਉੱਥੇ ਇਹੀ ਹੋ ਗਿਆ ਨਾ, ਉੱਥੇ ਲੋਕੀ ਸਾਨੂੰ ਨਹੀਂ ਵੋਟਾਂ ਪਾਉਣੀ ਚਾਹੁੰਦੇ ਸੀ, ਉੱਥੇ ਸਿਮਰਜੀਤ ਮਾਨ ਨੂੰ ਪਾਉਣਾ ਚਾਹੁੰਦੇ ਸੀ, ਲੋਕਾਂ ਨੇ ਸਿਮਰਜੀਤ ਮਾਨ ਨੂੰ ਪਾਤੀਆਂ। ਫਿਰ ਉੱਥੇ ਵੀ ਪੰਥ ਦੋ ਧੜਿਆਂ 'ਚ ਵੰਡਿਆ ਗਿਆ, ਫਿਰ ਵੰਡਿਆ ਗਿਆ, ਬਿਲਕੁਲ ਵੰਡਿਆ ਗਿਆ। ਸਿਮਰਜੀਤ ਸਿੰਘ ਮਾਨ ਨਾਲ ਗੱਲ ਕਿਉਂ ਨਹੀਂ ਬਣੀ? ਉਦੋਂ ਵੀ ਬੜੀ ਗੱਲ ਜੋ ਨੇੜੇ ਹੋ ਕੇ ਮੁੜੀ ਹੈ, ਪਾਰਟੀ ਦੇ ਵਿੱਚ ਦੋ ਰਿਆ ਸੀ ਉਸ ਵੇਲੇ ਵੀ, ਕੁਛ ਰਾਏ ਕਰਾਇਆ ਸੀ ਵੀ ਆਪਾਂ ਨੂੰ ਇਹ ਸੀਟ ਛੱਡ ਦੇਣੀ ਚਾਹੀਦੀ, ਸਿਮਰਜੀਤ ਮਾਨ ਨੂੰ ਚੁੱਪ ਕਰਕੇ ਆਪਾਂ ਨੂੰ ਆਪਣਾ ਕੈਂਡੀਡੇਟ ਵਿਦਡਰਾ ਕਰਨਾ ਚਾਹੀਦਾ। ਇੱਕ ਦੀ ਸੀ ਨਹੀਂ, ਇੱਥੇ ਆਪਾਂ ਨੂੰ ਆਪਦੇ 'ਚ ਲੜਾਈ ਲੜਨੀ ਚਾਹੀਦੀ ਆ, ਇਹ ਬਹੁਤ ਕੁਰਬਾਨੀ ਹੈ ਇਸ ਪਰਿਵਾਰ ਦੀ, ਲੋਕੀ ਵੋਟਾਂ ਪਾਉਣਗੇ। ਪਰ ਕਿਉਂਕਿ ਲੋਕੀ ਉੱਥੇ ਪਹਿਲਾਂ ਮਨ ਬਣਾ ਚੁੱਕੇ ਸੀ, ਇੱਕ ਤਾਂ ਜਿਹੜੇ ਦੋ, ਇੱਕ ਤਾਂ ਸਿੱਧੂ ਮੂਸੇਵਾਲਾ ਤੇ ਇੱਕ ਮੁੰਡਾ ਦੂਜਾ ਜਿਹੜਾ ਕੀ ਸੀਗਾ, ਦੀਪ ਸਿੱਧੂ, ਹਾਂ ਦੀਪ ਸਿੱਧੂ, ਉਹ ਪਹਿਲਾਂ ਹੀ ਕਹਿ ਗਏ ਸੀ ਵੀ ਅਸੀਂ ਐਤਕੀ ਬਾਬੇ ਨੂੰ ਜਿਤਾਵਾਂਗੇ। ਉਸ ਕਰਕੇ ਨੌਜਵਾਨ ਪੀੜ੍ਹੀ ਤਾਂ ਪਹਿਲਾਂ ਹੀ ਸਾਡੇ ਜਾਣ ਤੋਂ ਉੱਥੇ ਪਹਿਲਾਂ ਉੱਧਰ ਤੁਰ ਪਈ ਸੀਗੀ ਮਾਨ ਦੇ ਨਾਲ। ਤੁਹਾਨੂੰ ਕੀ ਲੱਗਦਾ ਸੀ ਸਿਮਰਜੀਤ ਸਿੰਘ ਮਾਨ ਦੇ ਨਾਲ ਤੁਰਨਾ ਚਾਹੀਦਾ ਸੀ, ਉਹ ਸੀਟ ਛੱਡ ਦੇਣੀ ਚਾਹੀਦੀ ਤੁਹਾਡੀ ਰਾਏ? ਨਹੀਂ, ਕਈ ਗੱਲਾਂ ਹਾਲਾਤ ਮੁਤਾਬਕ ਸੋਚ ਕੇ ਫੈਸਲੇ ਲੈਣੇ ਹੁੰਦੇ ਆ, ਪੋਲੀਟੀਕਲ ਪੱਕੇ ਫੈਸਲੇ ਕੋਈ ਵੀ ਨਹੀਂ ਹੁੰਦੇ, ਕਈ ਵਾਰੀ ਹਾਲਾਤ ਮੁਤਾਬਕ ਹੀ ਫੈਸਲੇ ਲੈਣੇ ਪੈਂਦੇ। ਜਦੋਂ ਉਹ ਸੀਟ ਬੋਲੀ ਜਾਂਦੀ ਸੀ, ਉਹ ਸੀਟ ਨਾ ਬੋਲੀ ਜਾਂਦੀ ਸੀ, ਉਹ ਛੱਡਣੀ ਚਾਹੀਦੀ ਸੀ ਤੁਹਾਨੂੰ ਲੱਗਦਾ? ਉਸ ਵੇਲੇ ਉਹ ਸੀਟ ਛੱਡ ਦੇਣੀ ਚਾਹੀਦੀ ਸੀ, ਕਾਫੀ ਸਾਡੀ ਪਾਰਟੀ ਦੇ ਵਿੱਚ ਰਹੇ ਸੀ ਕਿ ਸੀਟ ਸਾਨੂੰ ਛੱਡ ਦੇਣੀ। ਕੌਣ ਨਹੀਂ ਮੰਨਿਆ? ਨਹੀਂ, ਰਲ ਮਿਲ ਕੇ ਸੀਟ ਤਾਂ ਸਾਰੇ ਐਵੇਂ, ਮੈਂ ਇੱਕ ਅੱਧੇ ਸਿਰ ਤੇ ਕਿਸੇ ਦੇ ਸਿਰ ਦੋਸ਼ ਨਹੀਂ ਲਾਉਂਦਾ, ਮੈਂ ਕਹਾਂ ਵੀ ਇੱਕ ਬੰਦਾ ਨਹੀਂ ਮੰਨਿਆ, ਇੱਕ ਦੀ ਤਾਂ ਨਹੀਂ ਗੱਲ ਹੁੰਦੀ ਗੀ, ਜ਼ਿਆਦਾ ਪਾਰਟੀ ਦੇ ਵਿੱਚ ਰਹੇ ਸੀ, ਜ਼ਿਆਦਾ ਨਾ ਮੰਨਣ ਵਾਲਿਆਂ ਦੀ ਰਹੇ ਸੀਗੀ ਭਾਰੂ, ਇਸ ਕਰਕੇ ਉਹ ਸੀਟ ਰਾਜੂ ਆਣਾ ਦੀ ਭੈਣ ਹਰੀ ਕੇ ਅਕਾਲੀ ਦਲ ਆ ਰਿਹਾ।
ਆਪਾਂ ਅਕਾਲੀ ਦਲ ਹੀ ਕਹੋ ਹਾਰਿਆ ਭੈਣ ਤੇ ਕਿਉਂ ਕਹੀਏ ਜੀ? ਉਹ ਤੁਹਾਨੂੰ ਲੱਗਦਾ ਕਿ ਜੋ ਇੰਡੀਪੈਂਡੈਂਟ ਜਾਂ ਸਿਵਲ ਜਸਟਿਸ ਮਾਨਵਲ ਲੜਦੀ ਤਾਂ ਸ਼ਾਇਦ ਜ਼ਿਆਦਾ ਵੋਟ ਲੈ ਜਾਂਦੀ? ਸਾਧਾਰਨ ਵਰਕਰ ਸੀ, ਹੋ ਸਕਦਾ ਵੀ ਜੇ ਉਹ ਇੰਡੀਪੈਂਡੈਂਟ ਲੜਦੀ ਤੇ ਕੋਈ ਹੋ ਸਕਦਾ ਕੋਈ ਨਵੀਂ ਸਥਿਤੀ ਪੈਦਾ ਹੋ ਜਾਂਦੀ, ਵੱਡੀ ਗੱਲ ਨਹੀਂ ਹੈਗੀ। ਇਹ ਠੀਕ ਹੈ, ਉਸ ਟੱਬਰ ਦਾ ਰਾਜੂਆਣੇ ਦਾ ਨਾਂ ਤਾਂ ਬਹੁਤ ਵੱਡਾ, ਰਾਜੂਆਣੇ ਦੀ ਗੱਲ ਵੀ ਬਹੁਤ ਵੱਡੀ ਹੈ। ਅਕਾਲੀ ਦਲ ਦੇ ਨਾਲ ਜਾਤੀ ਦੀ ਖਾਤਰ ਤਾਂ ਕੀਤਾ ਨੀ ਹੈਗਾ, ਭਾਵੇਂ ਮੈਂ ਕਿਸੇ ਕਤਲੋ ਗਾਰਤ ਦੇ ਹੱਕ ਚ ਨੀ ਹੈਗਾ, ਪਰ ਕੋਈ ਜਾਤੀ ਦਾ ਕੀਤਾ ਨੀ। ਕੁਛ ਗੱਲਾਂ ਜਾਤੀ ਨੀ ਹੁੰਦੀਆਂ, ਧਰਮ ਦੇ ਨਾਂ ਤੇ ਜਾਂ ਪਰਮਾਤਮਾ ਉਹ ਐਸੀਆਂ ਗੱਲਾਂ ਹੋ ਜਾਂਦੀਆਂ ਜਿਹੜੀਆਂ ਹਾਲਾਤ ਮੁਤਾਬਕ ਹੋ ਜਾਂਦੀਆਂ ਨੇ। ਜਿਵੇਂ ਹਰਿਮੰਦਰ ਸਾਹਿਬ ਤੇ ਹਮਲਾ ਜਿਹਨੇ ਵੀ ਕਿਸੇ ਨੇ ਕੀਤਾ ਉਹ ਸੁਰੱਖਿਅਤ ਨੀ ਰਿਹਾ, ਹਿਸਟਰੀ ਕਹਿੰਦੀ ਹੈ ਹਰਿਮੰਦਰ ਸਾਹਿਬ ਦੀ, ਤੇ ਇਹ ਜਿਹੀਆਂ ਗੱਲਾਂ ਕਈ ਵਾਰੀ ਫਿਰ ਕੁਦਰਤੀ ਹੋ ਜਾਂਦੀਆਂ। ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦੇ ਨਾਲ ਜੁੜਨ ਕਰਕੇ ਉਹਦਾ ਵੀ ਨੁਕਸਾਨ ਹੋ ਗਿਆ? ਹਾਂ, ਉਹ ਮੈਂ ਇਹ ਤਾਂ ਮੈਂ ਮਹਿਸੂਸ ਕਰਦਾ ਕਿ ਹੋਇਆ। ਹਾਂ, ਉਹਨੂੰ ਸ਼ਾਇਦ ਇੰਨੀ ਘੱਟ ਜਿਹੜੀ ਵੋਟ ਪਈ ਉਹ ਸਾਡੇ ਗੁੱਸੇ ਚ ਹੀ ਪਈ। ਅੱਛਾ, ਜਿਹੜਾ ਹੁਣ ਤੁਸੀਂ ਇੱਕ ਵੱਖਰੇ ਹੋ ਕੇ ਇੱਕ ਗਰੁੱਪ ਤੁਹਾਡਾ ਖੜਾ ਹੋਇਆ, ਤੁਹਾਡੇ ਚੋਂ ਕਿਸੇ ਨੂੰ ਫੋਨ ਆਇਆ ਇਸ ਬਾਗੀ ਹਾਲਾਤਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ, ਕਿਸੇ ਨੇ ਕੋਸ਼ਿਸ਼ ਕੀਤੀ ਕਿ ਵਰਾਲੀਏ? ਨਹੀਂ, ਅਸੀਂ ਪੁੱਛਿਆ ਸੀਗਾ, ਮੈਨੂੰ ਲੱਗਦਾ ਵੀ ਇੱਕ ਅੱਧੇ ਦੋ ਨੂੰ ਛੱਡ ਕੇ ਮਤਲਬ ਨਹੀਂ ਆਇਆ, ਜ਼ਿਆਦਾ ਬੰਦਿਆਂ ਨੂੰ ਨਹੀਂ ਆਇਆ। ਤੁਹਾਨੂੰ ਨਹੀਂ ਆਇਆ? ਨਹੀਂ, ਮੈਨੂੰ ਨਹੀਂ ਆਇਆ। ਅੱਛਾ, ਤੁਸੀਂ ਉਹ ਸ਼ਖਸ ਸੀ ਸਿਕੰਦਰ ਸਿੰਘ ਮਲੂਕਾ, ਮੈਨੂੰ ਲੱਗਦਾ ਜਿੰਨੇ ਕੁ ਮੈਂ ਸਮਝਿਆ, ਸ਼ਾਇਦ ਮੈਂ ਗਲਤ ਹੋਵਾਂ, ਕਿ ਜਿਨ੍ਹਾਂ ਨੇ ਸ਼ਾਇਦ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਵਾਲੀ ਕੁਰਸੀ ਨੇੜੇ ਕਰਨ ਨੂੰ ਲੈ ਕੇ ਵੀ ਵਾਜ ਚੁੱਕੀ ਸੀ। ਮੈਂ ਅਸੀਂ ਜਿਹੜੀ 12-17 ਵਾਲੀ ਸਰਕਾਰ ਬਣੀ ਸੀ ਉਹਦੇ ਚ ਮੈਂ ਕਿਹਾ ਸੀ ਬਾਦ ਸਾਹਿਬ ਨੂੰ, ਕਿਉਂਕਿ ਸਾਡਾ ਬਹੁਤ ਪਿਆਰ ਸੀ ਘਰ ਨੂੰ। ਹੁਣ ਵੀ ਮੈਂ ਨਹੀਂ ਗਿਣਦਾ ਵੀ ਕੋਈ ਇਹੋ ਜਿਹੀ ਸਾਡੀ ਕੋਈ ਦੁਸ਼ਮਣੀ ਵਾਲੀ ਗੱਲ ਹੈ, ਚਲੋ ਫਰਕ ਪੈ ਗਿਆ ਕੁਛ ਸਿਆਸਤ ਵਿੱਚ ਇਹਨਾਂ ਗੱਲਾਂ ਦੇ ਵਿੱਚ ਆ ਕੇ, ਕੋਈ ਇਹੋ ਜਿਹੀ ਗੱਲ ਨਹੀਂ, ਹਲੇ ਵੀ ਨਹੀਂ ਮੈਂ ਗਿਣਦਾ ਕੋਈ ਇਹੋ ਜਿਹੀ। ਮੈਂ ਬਿਲਕੁਲ ਬੇਨਤੀ ਕੀਤੀ ਸੀ ਬਾਦ ਸਾਹਿਬ ਨੂੰ, ਉਹਨਾਂ ਨਾਲ ਬੜਾ ਨੇੜੇ, ਉਹਨਾਂ ਨਾਲ ਬੜਾ ਪਿਆਰ ਸੀਗਾ। ਜਿਹੜੀ ਕੋਈ ਗੱਲਾਂ ਕਹਿੰਦੇ ਤਕਰੀਬਨ ਜ਼ਿਆਦਾ ਗੱਲਾਂ ਉਹ ਮੰਨ ਹੀ ਲੈਂਦੇ ਹੁੰਦੇ ਸੀਗੇ। ਉਹਨਾਂ ਨੂੰ ਮੈਂ ਕਿਹਾ ਸੀ ਜੀ ਵੀ ਤੁਸੀਂ ਹੁਣ 2 ਸਾਲ ਪਹਿਲਾਂ 2-2.5 ਸਾਲ ਰਹਿੰਦੇ ਸੀ ਉਦੋਂ ਸਰਕਾਰ ਦੇ ਮਗਰਲੇ ਦੇ, ਮੈਂ ਕਿਹਾ ਜੀ ਤੁਸੀਂ ਮੁੱਖ ਮੰਤਰੀ ਬਣਾ ਦਿਓ ਬਾਦ ਸਾਹਿਬ ਨੂੰ, ਇਹਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹੁਣ ਮੁੱਖ ਮੰਤਰੀ ਬਣਾ ਦਿਓ ਜੀ, ਬਹੁਤ ਟਾਈਮ ਹੋ ਗਿਆ। ਤੇ ਮੈਨੂੰ ਕਹਿੰਦੇ ਕਾਕਾ ਮੈਂ ਤੁਹਾਨੂੰ ਚੰਗਾ ਨਹੀਂ ਲੱਗਦਾ, ਮੈਂ ਤੁਹਾਡਾ ਕੋਈ ਕੰਮ ਨਹੀਂ ਕਰਦਾ। ਜਿਵੇਂ ਬਾਦ ਸਾਹਿਬ ਦਾ ਸੁਭਾਅ ਸੀ ਅਸਕੇ ਜੇ ਮਖੌਲ ਜਾਂ ਸਾਡੇ ਮਖੌਲ ਜੇ, ਕਿਉਂ ਮੈਂ ਨਹੀਂ ਤੁਹਾਨੂੰ ਚੰਗਾ ਲੱਗਦਾ? ਮੈਂ ਕਿ ਤੁਹਾਡਾ ਕਮਾਇਆ ਤੁਹਾਨੂੰ ਕਦੇ ਕੋਈ ਜਿਹੜੀ ਚੀਜ਼ ਮੰਗੀ ਹੈ ਤੁਹਾਨੂੰ ਮੈਂ ਕਦੇ ਕੋਈ ਦਿੱਤੀ ਨਹੀਂ, ਤੁਸੀਂ ਫਿਰ ਮੇਰੀ ਕਿਉਂ ਖੋਹਣੇ ਗੱਦੀ ਇਹ? ਤੇ ਮੈਂ ਕਿਹਾ ਜੀ ਖੋਹਦੇ ਤਾਂ ਨਹੀਂ, ਅਸੀਂ ਵੈਸੇ ਹੀ ਕਹਿੰਦੇ ਵੀ ਹੁਣ ਇਹਨਾਂ ਦਾ ਟਾਈਮ ਜਿਹਾ ਹੋ ਗਿਆ, ਇਹਨਾਂ ਨੂੰ ਤੁਸੀਂ ਬੈਠੇ ਬੈਠੇ ਆਪਦੇ ਬਣਾ ਦਿਓ। ਇਹ ਸਾਡੇ ਮਨ ਦੀ ਗੱਲ ਸੀ ਸਾਰਾ ਕੁਛ ਬੰਦਿਆਂ ਦੀ ਸਾਡੀ। ਤਾਂ ਕੀ ਲੱਗਦਾ ਕਿੱਥੇ ਬਾਦ ਸਾਹਿਬ ਨੇ ਫਿਰ ਇਹ ਫੈਸਲਾ ਕਿਉਂ ਨਹੀਂ ਕੀਤਾ ਹੋਵੇਗਾ, ਕੀ ਲੱਗਦਾ ਤੁਹਾਨੂੰ? ਇਹ ਤਾਂ ਹੁਣ ਮੈਂ ਕੁਛ ਕਹਿ ਤਾਂ ਨਹੀਂ ਸਕਦਾ ਕਿ ਬਾਦ ਸਾਹਿਬ ਦੇ ਅੰਦਰਲੀ ਗੱਲ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬੁੱਝਣੀ ਬਹੁਤ ਔਖੀ ਹੁੰਦੀ ਹੈ, ਉਹਨਾਂ ਦੇ ਢਿੱਡ ਦੇ ਵਿੱਚ ਕੀ ਹੈ ਇਹ ਗੱਲ ਤਾਂ ਬੁੱਝਣੀ ਹੈਗੀ ਹੈ। ਗੱਲਾਂ ਬਾਤਾਂ ਸਾਡੇ ਨਾਲ ਹੱਸਦੇ ਰਹਿੰਦੇ, ਖੇਡਦੇ ਰਹਿੰਦੇ, ਖੁੱਲ ਕੇ ਗੱਲਾਂ ਵੀ ਕਰਦੇ ਰਹਿੰਦੇ ਸੀਗੇ, ਪਰ ਇਸ ਗੱਲ ਦੇ ਵਿੱਚ ਸਾਨੂੰ 2 ਵਾਰੀ, 1 ਵਾਰੀ ਨਹੀਂ ਹੋਇਆ, ਮੈਂ 2 ਵਾਰੀ ਗੱਲ ਕੀਤੀ ਸੀ, ਉਹ ਮੈਨੂੰ ਟਾਲ ਗਏ, ਹੱਸ ਕੇ ਨਾ ਟਾਲ ਗਏ, ਬਸ ਆਹੀ ਵੀ ਤੁਹਾਨੂੰ ਮੈਂ ਨਹੀਂ ਚੰਗਾ ਲੱਗਦਾ। ਮੈਂ ਕਿਹਾ ਨਾ ਤੁਹਾਨੂੰ ਸੁਖਬੀਰ ਸਿੰਘ ਬਾਦਲ ਨੂੰ ਪ੍ਰੋਬਲਮ ਹੈ, ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਬਣਾਤਾ ਉਹਨਾਂ ਨੇ, ਤੁਹਾਨੂੰ ਕੀ ਲੱਗਦਾ ਪ੍ਰਧਾਨ ਬਣਾਉਣਾ ਫੈਸਲਾ ਠੀਕ ਸੀ? ਅਸੀਂ ਕਿਹਾ ਸੀ ਚੇਂਜ ਹੋ ਜਾਓ ਵੀ ਹੁਣ ਪ੍ਰਧਾਨ ਤੁਸੀਂ ਬਣ ਜਾਓ ਪਾਰਟੀ ਦੇ, ਤੇ ਮੁੱਖ ਮੰਤਰੀ ਸੁਖਦਾਰ ਸੁਖਬੀਰ ਸਿੰਘ ਬਾਦਲ ਨੂੰ ਬਣਾ ਦਿਓ, ਤਾਂ ਕਿ ਉਹਦਾ ਜਿਹੜਾ ਚਿਹਰਾ ਮੋਹਰਾ ਮੁੱਖ ਮੰਤਰੀ ਵਾਲਾ ਸਟੇਟਸ ਬਣ ਜੇ, ਉਹਦਾ ਕੱਦ ਵੱਡਾ ਹੋਵੇ। ਅੱਛਾ, ਜਿਹੜਾ ਸ਼ਖਸ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦਾ ਇਸ ਸੂਬੇ ਦਾ, ਅੱਜ ਉਹ ਕਹਿੰਦਾ ਹੈ ਕਿ ਉਹਦੀ ਅਗਵਾਈ ਠੀਕ ਨਹੀਂ, ਹਾਲਾਤ ਕਿਉਂ ਬਦਲੇ? ਮਤਲਬ ਮੈਂ ਉਹ ਸਮਝਣ ਦੀ ਕੋਸ਼ਿਸ਼ ਕਰਦਾ, ਹਾਲਾਤ ਕਿਉਂ ਬਦਲੇ ਐਸੇ? ਮੈਂ ਉਹੀ ਕਹਿਣਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਪਦੀਆਂ ਆਦਤਾਂ ਬਦਲਣੀਆਂ ਚਾਹੀਦੀਆਂ, ਜਿਹੜੀਆਂ ਬਾਦ ਸਾਹਿਬ ਤੋਂ ਕਾਫੀ ਚੀਜ਼ਾਂ ਉਹਨਾਂ ਨੂੰ ਸਿੱਖ ਲੈਣੀਆਂ ਚਾਹੀਦੀਆਂ ਸੀ। ਬਾਦ ਸਾਹਿਬ ਦੇ ਗੁਣ ਮੈਨੂੰ ਨਹੀਂ ਲੱਗਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੋਈ ਸਿੱਖੇ ਨੇ, ਜੇ ਸਿੱਖੇ ਹੁੰਦੇ ਆ ਨੌਬਤ ਮੈਨੂੰ ਨਹੀਂ ਲੱਗਦਾ ਆਉਂਦੀ ਸੀ ਇਹੋ ਜਿਹਾ ਕੋਈ ਨੀ ਬੰਦੇ ਪਾਰਟੀ ਚ ਕਿ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਨਾ ਚੱਲਦੇ। ਕਿਹੜੀ ਕਮਜ਼ੋਰੀ ਵੱਡੀ? ਮੈਂ ਦੱਸਿਆ ਵੀ ਤੁਸੀਂ ਇਹੀ ਵੇਖ ਲਓ ਵੀ ਨਾਲ ਦੇ ਉਹਦੇ ਸਾਥੀ ਹੈ, ਨਾਲ ਹੀ ਔਖੇ ਵੇਲੇ ਕੱਢੇ, ਜਦੋਂ ਮੈਂ ਕਿਹਾ ਵੀ 15 ਸਾਲ ਅਸੀਂ ਗਨਮੈਨ ਬਣ ਕੇ ਕੱਢੇ ਆ, ਇਦੋਂ ਵੱਧ ਤਾਂ ਨਹੀਂ ਕੁਛ ਹੋ ਸਕਦਾ ਹੁੰਦਾ ਪਿਆਰ ਨਾਲ ਵੀ ਬਾਦ ਸਾਹਿਬ ਨੂੰ ਕੁਛ ਹੋ ਨਾ ਜਾਵੇ ਨਿੱਜੀ ਪ੍ਰਾਈਵੇਟ ਗਨਮੈਨ ਦੇ ਤੌਰ ਤੇ? ਗਨਮੈਨ 3 ਬੰਦੇ ਹੁੰਦੇ ਸੀ, ਜੋਰਾ ਸਿੰਘ ਮਾਨ, ਮਾਨ ਸਿੰਘ ਗਰਚਾ ਤੇ ਮੈਂ, ਉਹ ਮੇਰੇ ਨਾਲ ਥੋੜਾ ਜਿਹਾ ਵੱਧ ਟਾਈਮ ਦਿੰਦੇ ਸੀਗੇ ਤੇ ਬਾਰੀ ਬਾਰੀ ਅਸੀਂ 2 ਜਣੇ ਪਹਿਰਾ ਦਿੰਦੇ ਹੁੰਦੇ ਸੀ। ਤੁਹਾਡੀ ਸ਼ੁਰੂਆਤ ਯਾਨੀ ਤੁਸੀਂ ਬਾਦ ਸਾਹਿਬ ਨਾਲ ਪ੍ਰਾਈਵੇਟ ਗਵਰਨਮੈਂਟ ਦੇ ਤੌਰ ਤੇ ਕੀਤੀ ਸੀ? ਸ਼ੁਰੂ ਤਾਂ ਮੈਂ ਕੀਤੀ 75 ਚ ਅਕਾਲੀ ਦਲ ਐਮਰਜੈਂਸੀ ਚ ਕੈਦ ਕੀਤੀ, ਉਸ ਤੋਂ ਬਾਅਦ ਨਾਲ ਜੁੜ ਗਏ। ਨਾਲ ਅਸੀਂ ਕੋਈ ਹੁਣੀ ਸੀ ਗਵਰਨਮੈਂਟ ਦੇ ਤੌਰ ਤੇ,
ਆਪਦੇ ਉਹਨਾਂ ਦੀ ਰਾਖੀ ਕਰਦੇ ਵੀ ਸਾਡੇ ਲੀਡਰ ਆ ਇਹਨੂੰ ਕੁਛ ਹੋ ਨਾ ਜਾਵੇ। ਅੱਛਾ, ਸਰਕਾਰੀ ਗਵਰਨਮੈਂਟ ਵੀ ਹੁੰਦੇ ਤੇ ਵੀ ਕਿਤੇ ਇਹਨਾਂ ਨੂੰ ਕੁਛ ਹੋ ਨਾ ਜਾਵੇ, ਮੇਰਾ ਪ੍ਰਾਈਵੇਟ ਬੰਦਾ ਦੇ ਤੌਰ ਤੇ ਨਿਗਾਹ ਰੱਖਣੀ, ਪਹਿਰਾ ਦੇਣਾ, ਨਾਲ ਹੋਰ ਜਾਣਾ ਆਉਣਾ ਰਹਿਣਾ ਨਾਲ। ਕਿਹੜੀ ਕਮਜ਼ੋਰੀ ਤੋਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਨੂੰ ਆਹ ਆਦਤ ਜਿਹੜੀ ਉਹ ਸਭ ਤੋਂ ਜ਼ਿਆਦਾ ਤੋਂ ਲੱਗਦਾ ਕਿ ਮਾੜੀ ਨਿਕਲ, ਜਿਵੇਂ ਕਿਸੇ ਵੇਖੋ ਬਰਾਬਰ ਦੇ ਬੰਦਿਆਂ ਦਾ ਸਟੇਜ ਤੋਂ ਨਾ ਹੀ ਨਾ ਲੈਣਾ, ਜਿਹੜੀ ਉਹਨਾਂ ਦਾ ਬਿਲਕੁਲ ਹੀ ਇਗਨੋਰ ਕਰਨਾ। ਫਿਰ ਆਪਾਂ ਬੈਠੇ ਹਾਂ, ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇੱਥੇ ਜਾਂ ਸਟੇਜ ਤੇ ਬੈਠੇ ਹਾਂ, ਇੱਥੇ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਨਾਲ ਅਸੀਂ ਬੈਠੇ ਹੁੰਦੇ ਹਾਂ, ਉਦੋਂ ਵੀ ਉਹ ਸਾਡੀਆਂ ਸਾਰਿਆਂ ਦੀਆਂ ਫੋਟੋ ਕੱਟ ਦਿੰਦੇ ਆ, ਇਕੱਲੀ ਆਪਦੀ ਫੋਟੋ ਹੀ ਉਹ ਟੀਵੀ ਤੇ ਦਿਖਾਉਂਦੇ ਆ, ਬਾਕੀ ਚੈਨਲ ਤਾਂ ਦਿਖਾਉਂਦੇ ਤੁਹਾਡੇ ਤਾਂ। ਜਿਹੜੀ ਪੀਟੀਸੀ ਖਾਸ ਕਰਕੇ ਉਹਨਾਂ ਨੂੰ ਕਿਹਾ ਵਾ ਉਹਨਾਂ ਦਾ ਵੀ ਇਹ ਦੁਕਾਨ ਨਹੀਂ ਜਾਣਾ, ਉਹ ਚਾਹੇ ਬੀਬੀ ਹੋਵੇ ਚਾਹੇ ਸੁਖਬੀਰ ਹੋਵੇ, ਉਹਨਾਂ ਦੀ ਆ ਜੂਗੀ, ਬਾਕੀਆਂ ਦੀ ਕੱਟੀ ਜਾਂਦੀ ਹੈ ਨਾਲ। ਇਹ ਕੁਛ ਵੀ ਨਹੀਂ ਹੁੰਦਾ, ਐਵੇਂ ਛੋਟੀਆਂ ਗੱਲਾਂ ਨੇ, ਇਹਦੇ ਨਾਲ ਕੀ ਫਰਕ ਪੈਂਦਾ? ਲੀਡਰ ਤਾਂ ਲੀਡਰ ਹੀ ਹੈ, ਜੇ ਸਰਦਾਰ ਸੁਖਬੀਰ ਸਿੰਘ ਬਾਦਲ ਪਾਰਟੀ ਦਾ ਪ੍ਰਧਾਨ ਹੈ ਜਾਂ ਲੀਡਰ ਹੈ ਤਾਂ ਲੀਡਰ ਹੀ ਹੈ, ਸਾਡੇ ਨਾਲ ਬੈਠਾ ਤਾਂ ਉਹਦੀ ਇੱਜ਼ਤ ਵਧੂਗੀ ਘਟੂਗੀ ਥੋੜੂ। ਹੁਣ ਹਰਸਿਮਰਤ ਕੌਰ ਬਾਦਲ ਹੋਣ ਚਾਹੇ ਬਾਕੀ ਆਗੂ ਹੋਣ, ਕਹਿੰਦੇ ਤੁਸੀਂ ਤਾਂ ਬੀਜੇਪੀ ਦੇ ਇਸ਼ਾਰੇ ਤੇ ਇਹ ਕੰਮ ਕਰ ਰਹੇ ਹੋ ਜੀ ਸਾਰੇ। ਨਹੀਂ, ਬੀਜੇਪੀ ਦੇ ਇਸ਼ਾਰੇ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ, ਵੇਖੋ ਬੀਜੇਪੀ ਦੇ ਨਾਲ ਹੀ ਰਹੇ ਆ ਸਾਰੇ, 96 ਤੋਂ ਲੈ ਕੇ ਪਹਿਲਾਂ ਵੀ ਨਹੀਂ ਕੋਈ ਹੈ ਥਾਪੜਾ, ਵੈਸੇ ਪਹਿਲਾਂ ਵੀ 77 ਦੇ ਵਿੱਚ, 69-70 ਦੇ ਵਿੱਚ ਵੀ ਬੀਜੇਪੀ ਨੇ ਸਾਂਝ ਸੀਗੀ ਪਾਰਟੀ ਦੀ, ਫਿਰ 77 ਤੋਂ ਲੈ ਕੇ 80 ਤਾਈਂ ਵੀ ਬੀਜੇਪੀ ਨੇ ਸਾਂਝ ਸੀ ਪਾਰਟੀ ਦੀ, ਫਿਰ 96 ਤੋਂ ਲੈ ਕੇ 17 ਤਾਈਂ 22 ਤਾਈਂ ਬਲਕਿ ਸਾਂਝ ਸੀ ਪਾਰਟੀ ਦੀ। ਤੇ ਪਾਰਟੀ ਤੋਂ ਬੀਜੇਪੀ ਤੋਂ ਫਾਇਦੇ ਕਿਹਨੇ ਲਏ ਆ, ਬੋਝਾਂ ਕਿਹਨੇ ਮਾਰੀਆਂ, ਉਹ ਤਾਂ ਉਹਨਾਂ ਨੂੰ ਪਤਾ ਸਾਰਾ। ਹੁਣ ਉਹਨਾਂ ਦੀ ਤਾਂ ਟੁੱਟ ਗਈ ਨਾ ਜੀ, ਹੁਣ ਉਹਨਾਂ ਨੂੰ ਲੱਗਦਾ ਵੀ ਕਿਤੇ ਤੁਹਾਡੇ ਨਾਲ ਤਾਂ ਸਾਡੀ ਗਾੜੀ ਚੱਲੀ ਜਾਂਦੀ। ਨਹੀਂ, ਸਾਡੀ ਤਾਂ ਬੀਜੇਪੀ ਨੇ ਕੋਈ ਸਾਥ ਕਰਦੀ, ਤੁਹਾਡੇ ਤੇ ਖਾਸ ਕਰਕੇ, ਕਿਉਂਕਿ ਤੁਹਾਡਾ ਤਾਂ ਪਰਿਵਾਰ ਬੀਜੇਪੀ ਦੇ ਵਿੱਚ, ਤੁਹਾਡੀ ਨੌਂ ਰਾਣੀ ਉਮੀਦਵਾਰ ਸੀ ਬੀਜੇਪੀ ਦੀ ਕਿਤੇ। ਨਹੀਂ, ਉਹ ਬਿਲਕੁਲ ਠੀਕ ਹੈ, ਪਰ ਮੇਰੀ ਬੀਜੇਪੀ ਨਾਲ, ਵੇਖੋ ਮੈਂ ਤਾਂ ਕੱਲ ਇੱਕ ਆਇਆ ਪਿਆ ਸੀਗਾ, ਟੋਟਕਾ ਜਿਹਾ ਪਿਆ ਸੀ ਉਹਦੇ ਤੇ ਥੋੜਾ ਜਿਹਾ ਵਿੱਚ, ਵੀ ਜੇ ਆਹ ਤਿੰਨ ਬੰਦੇ ਸੌ ਪਾਉਣ, ਢੀਂਡਸਾ ਤੇ ਮੇਰਾ ਸੀ, ਇੱਕ ਸ਼ਾਇਦ ਬੀਬੀ ਜਗੀਰਪੁਰ ਦਾ ਸੀ, ਵੀ ਅਕਾਲੀ ਦਲ ਨੂੰ ਵੋਟਾਂ ਪਾਈਆਂ, ਮੈਥੋਂ ਤਾਂ ਪਾ ਲਓ ਜਿੱਥੇ ਮਰਜ਼ੀ, ਮੈਂ ਤਾਂ ਅਕਾਲੀ ਦਲ ਨੂੰ ਪਾਈਆਂ, ਮੇਰੇ ਘਰ ਵਾਲੇ ਨੇ ਵੀ ਅਕਾਲੀ ਦਲ ਨੂੰ ਪਾਈਆਂ, ਸਾਨੂੰ ਤਾਂ ਜਿੱਥੇ ਮਰਜ਼ੀ ਦੋਨਾਂ ਜੀਆਂ ਨੂੰ ਪਾ ਲਓ। ਅੱਛਾ, ਤੁਸੀਂ ਆਪਦੀ ਨੌਂ ਨੂੰ ਵੋਟ ਨੀ ਪਾਈ? ਨਹੀਂ, ਉਹ ਸਾਡਾ ਤਾਂ ਹਲਕਾ ਹੀ ਨੀ ਬਣਦਾ ਹਲਕਾ। ਹਾਂ, ਤੁਹਾਡਾ ਸੱਚ ਉਧਰ ਆ ਗਿਆ ਫਰੀਦਕੋਟ। ਹਾਂ, ਮੈਂ ਸਾਡਾ ਫਰੀਦਕੋਟ ਚ ਪੈਂਦਾ। ਹਾਂਜੀ, ਸਾਡਾ ਫਰੀਦਕੋਟ ਚ ਪੈਂਦਾ, ਉਹਨਾਂ ਦਾ ਬਠਿੰਡਾ। ਉੱਥੇ ਵੀ ਤੁਸੀਂ ਅਕਾਲੀ ਦਲ ਨੂੰ ਪਾਈ? ਮੈਂ ਅਕਾਲੀ ਦਲ ਨੂੰ ਪਾਈ। ਤੁਸੀਂ ਮਤਲਬ, ਅੱਛਾ ਅੱਛਾ, ਤੁਸੀਂ ਅਕਾਲੀ ਦਲ ਨੂੰ ਪਾਈ ਹੈ, ਤੁਸੀਂ ਆਪਦੀ ਧੀ ਦੀ ਨੌਂ ਦੀ ਪਾਰਟੀ ਵੱਲ ਨਹੀਂ ਗਏ? ਨਹੀਂ, ਉਹ ਬੀਜੇਪੀ ਨੂੰ ਵੋਟ ਪਾਈ। ਅੱਛਾ, ਇੱਕ ਚੀਜ਼ ਹੋਰ ਸਮਝਾਇਓ ਕਿ ਤੁਸੀਂ ਹੁਣ ਅਕਾਲੀ ਦਲ ਕਿਤੇ ਨਾ ਕਿਤੇ ਪ੍ਰਧਾਨ ਸਾਹਿਬ ਤੋਂ ਨਾਰਾਜ਼ ਹੋ, ਪਰਿਵਾਰ ਤੁਹਾਡਾ ਬੀਜੇਪੀ 'ਚ ਹੈ, ਅਤੇ ਜ਼ਹਿਨ ਦੇ ਵਿੱਚ ਨਹੀਂ ਆਇਆ ਕਿ ਯਾਰ ਚਲੋ ਫਿਰ ਬੀਜੇਪੀ ਚਲੇ ਜਾਂਦੇ ਹਾਂ? ਤੁਹਾਡੀ ਕਿਉਂਕਿ ਚਰਚਾ ਬੜੀ ਚੱਲੀ ਸੀ। ਅਸਲ ਹੁਣ ਜਿਹੜੀ ਪਾਰਟੀ 'ਚ ਆਪਾਂ 48 ਸਾਲ ਹੋ ਗਏ, 75 ਤੋਂ ਲੈ ਕੇ ਗਿਣ ਲਓ ਤੁਸੀਂ ਕਿੰਨੇ ਸਾਲ ਹੋ ਗਏ, ਹੁਣ 25 ਫਿਰ ਆ ਗਿਆ ਅਤੇ 48 ਸਾਲ ਹੋ ਗਏ ਜਿਹੜੀ ਪਾਰਟੀ 'ਚ, ਇੰਨਾ ਚਿਰ ਕੱਢ ਲਿਆ, ਹੁਣ ਬੀਜੇਪੀ ਜਾ ਕੇ ਕੀ ਕਰਾਂਗੇ? ਜਾਂ ਬੀਜੇਪੀ ਜਾ ਕੇ ਕੀ ਕਰਨਾ? ਅਕਾਲੀ ਦਲ ਦੇ ਵਿੱਚ ਜਿੱਥੇ ਇੰਨਾ ਚਿਰ ਲਾਇਆ, ਔਖੇ ਸੌਖੇ ਵੇਲੇ ਮਾੜੇ ਚੰਗੇ ਦਿਨ ਇਹਦੇ 'ਚ ਕੱਢਿਆ, ਇਹੀ ਠੀਕ ਲੱਗਦਾ? ਪਰ ਪ੍ਰਧਾਨ ਸਾਹਿਬ ਤਾਂ ਕਹਿੰਦੇ ਵੀ ਜਿਹੜੇ ਆ ਬਾਗੀ ਸੁਰ ਦਿਖਾ ਰਹੇ ਆ, ਉਹਨੂੰ ਪਾਰਟੀ ਤੋਂ ਬਾਹਰ ਹੀ ਸਮਝਣ। ਚਲੋ, ਉਹ ਤਾਂ ਵੇਖੋ, ਅਕਾਲੀ ਦਲ ਤਾਂ ਜੇ ਪ੍ਰਧਾਨ ਸਾਰਿਆਂ ਨੂੰ ਕੱਢੀ ਜਾਊਗਾ, ਅਕਾਲੀ ਦਲ ਫਿਰ ਕੋਈ ਹੋਰ ਬਣ ਜਾਊਗਾ, ਫਿਰ ਅਕਾਲੀ ਦਲ ਕੋਈ ਤਕੜਾ ਹੋਰ ਉੱਠ ਕੇ ਆਜੂਗਾ ਮੂਹਰੇ, ਫਿਰ ਪ੍ਰਧਾਨ ਨਾਲ ਕਿਤੇ ਇਕੱਲਾ ਰਹਿ ਜੇ ਆਉਣ ਵਾਲੇ ਸਮੇਂ 'ਚ। ਜੇ ਪ੍ਰਧਾਨ ਜੀ ਇਉਂ ਹੀ ਕੱਢੀ ਗਏ ਸਾਰਿਆਂ ਨੂੰ ਵੀ ਮਾੜੇ ਮੋਟੇ ਗਿਲੇ ਸ਼ਿਕਵੇ ਉਹਨੂੰ ਮਨਾਉਣ ਦੀ ਬਜਾਏ ਕੱਢਣ 'ਤੇ ਜ਼ਿਆਦਾ ਜ਼ੋਰ ਲਾਈ ਰੱਖਿਆ, ਫਿਰ ਕਿਤੇ ਇਹ ਨਾ ਸਥਿਤੀਆਂ ਪੈਦਾ ਹੋ ਜਾਣ, ਅਖੀਰ ਪ੍ਰਧਾਨ ਹੀ ਇਕੱਲਾ ਰਹਿ ਜੇ ਅਤੇ ਬਾਕੀ ਲੋਕ ਸਾਰੇ ਇਕੱਠੇ ਹੋ ਜਾਣ। ਪਰ ਨਾਲ ਵੀ ਉਹਨਾਂ ਨੇ ਵਾਹਵਾ ਬਾਹਵਾਂ ਖੜੀਆਂ ਕਰਾ ਕੇ ਕਾਫੀ ਬੰਦੇ ਨਾਲ ਦਿਖਾਏ ਜੀ। ਪਬਲਿਕ ਤਾਂ ਵੇਖੋ, ਲੀਡਰ ਕਿਸੇ ਪਾਸੇ ਕਿੰਨੇ ਖੜਦੇ ਆ ਬਰਾੜ ਸਾਹਿਬ, ਉਹਦਾ ਕੋਈ ਫਰਕ ਨਹੀਂ ਪੈਂਦਾ ਹੁੰਦਾ, ਪਬਲਿਕ ਜਿੱਧਰ ਜਾਏਗੀ ਉਹ ਕਾਮਯਾਬ ਹੋਏਗਾ। ਜੇ ਪਬਲਿਕ ਇਸ ਘਰ ਨਵੇਂ ਅਕਾਲੀ ਦਲ ਵੱਲ ਜਾਏਗੀ ਤਾਂ ਇਹ ਕਾਮਯਾਬ ਹੋ ਜਾਏਗਾ, ਜੇ ਅਕਾਲੀ ਦਲ ਪਬਲਿਕ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲ ਚਲੀ ਗਈ ਤਾਂ ਫਿਰ ਉਹ ਕਾਮਯਾਬ ਹੋ ਜਾਏਗਾ। ਫੈਸਲਾ ਪਬਲਿਕ ਨੇ ਕਰਨਾ, ਜਿਹੜੀ ਆਮ ਹੈ ਇਹਨਾਂ ਬੰਦਿਆਂ ਨੇ ਨਹੀਂ ਕਰਨਾ। ਤਾਂ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਅਕਾਲੀ ਦਲ ਤੁਸੀਂ ਨਵਾਂ ਵੱਖਰਾ ਬਣਾਓਗੇ? ਦੇਖੋ, ਅਸੀਂ ਤਾਂ ਕਹਿੰਦੇ ਪ੍ਰਧਾਨ ਪਿੱਛੇ ਹਟ ਜੇ, ਪਹਿਲਾਂ ਵੀ ਅਸੀਂ ਕਿਹਾ ਸੀ ਇਕੱਠੇ ਹੋ ਕੇ ਇੱਕ ਵਾਰੀ 8-9 ਜਣਿਆਂ ਨੇ, ਅਸੀਂ 22 ਚ ਵੀ ਕਿਹਾ ਸੀ, ਅਸੀਂ 22 ਦੇ ਵਿੱਚ ਵੀ 8-9 ਜਣਿਆਂ ਨੇ ਇਕੱਠੇ ਹੋ ਕੇ ਕਿਹਾ ਸੀ, ਸੀਨੀਅਰ ਬੰਦਿਆਂ ਨੇ ਬਾਦਲ ਸਾਹਿਬ ਦੀ ਹਾਜ਼ਰੀ 'ਚ ਕਿਹਾ ਸੀ ਵੀ ਜੀ ਥੋੜਾ ਜਿਹਾ ਚਿਰ ਤੁਸੀਂ ਪਿੱਛੇ ਹਟ ਜਾਓ, ਭਾਵੇਂ ਅਸਤੀਫਾ ਵੀ ਨਾ ਦਿਓ, ਥੋੜਾ ਜਿਹਾ ਚਿਰ ਪਿੱਛੇ ਹਟੋ, ਲੋਕਾਂ ਦਾ ਗੁੱਸਾ ਠੰਡਾ ਹੋ ਜਾਊਗਾ ਤੇ ਫਿਰ ਤੁਸੀਂ ਆ ਕੇ ਸਾਂਭ ਲਿਓ ਕੰਮ।
ਉਦੋਂ ਵੀ ਫਿਰ ਇਹਨਾਂ ਨੇ ਨਾ ਕਰਤੀ ਵੀ ਕਹਿੰਦਾ ਯਾਰ ਮੈਂ ਤਾਂ ਜਾਂ ਤਾਂ ਪੱਕੇ ਤੌਰ ਤੇ ਜਾਊਂਗਾ ਨਹੀਂ ਫਿਰ ਮੈਂ ਜਾਂਦਾ ਮੈਂ ਦੋ ਕੰਮ ਕਰੂੰਗਾ ਜਾਂ ਮੈਂ ਜਮੇ ਜਾਊਂਗਾ ਮੁੜ ਕੇ ਆਉਂਦਾ ਤੇ ਪੱਕਾ ਜਾਣ ਵਾਲਾ ਫਿਰ ਤੁਹਾਨੂੰ ਰਸ ਨਹੀਂ ਸੀ ਆਉਂਦਾ ਨਹੀਂ ਅਸੀਂ ਕਿਹਾ ਅਸੀਂ ਆਉਂ ਕਿਵੇਂ ਕਹਿ ਸਕਦੇ ਜਿਹਦੇ ਨਾਲ ਇੰਨਾ ਚਿਰ ਰਹੇ ਹੋਈਏ ਇਕੱਠੇ ਕੰਮ ਕੀਤਾ ਹੋਵੇ ਰਲ ਕੇ ਸਾਰਾ ਪਰਿਵਾਰਕ ਗੱਲਾਂ ਹੋਣ ਐਂ ਕਿਵੇਂ ਕਿਹਾ ਜਾਂਦਾ ਵੀ ਜੀ ਤੁਸੀਂ ਜਾਓ ਤੁਹਾਡੀਆਂ ਗੱਲਾਂ ਪਤਾ ਤਾਂ ਮੋਹ ਜਾਂ ਤੁਸੀਂ ਫਿਰ ਵੀ ਕਿਤਨਾ ਕਿਹਾ ਸੁਖਬੀਰ ਸਿੰਘ ਬਾਦਲ ਨਾਲ ਜਿਤਾਉਂਦੇ ਪਏ ਹੋ ਤੇ ਦੂਜੇ ਪਾਸੇ ਉਹਨਾਂ ਦੀ ਕੁਰਸੀ ਨੂੰ ਖਤਰਾ ਪੈਦਾ ਕਰਤਾ ਨਹੀਂ ਜੇ ਵੇਖੋ ਜਿਹਦੇ ਨਾਲ ਉਹੀ ਗੱਲ ਤਾਂ ਫਿਰ ਆ ਜਾਂਦੀ ਹੈ ਨਾ ਮੁੜਕੇ ਬਰਾੜ ਸਾਹਿਬ ਜੇ ਆਪਾਂ ਵੀ ਕਿੰਨੇ ਸਾਲਾਂ ਦੇ ਮਿਲਦੇ ਆ ਤੁਹਾਡੀਆਂ ਗੱਲਾਂ ਸੁਣ ਕੇ ਕਨਫਿਊਜ਼ ਹੋ ਰਹੇ ਹੋਣਗੇ ਮੈਂ ਤੁਹਾਡੇ ਨਾਲ ਵੀ ਕੋਈ ਗੱਲ ਹੋਊਗੀ ਮੈਂ ਇਹੋ ਜਿਹੀ ਨਹੀਂ ਕਰਦਾ ਆਪਣਾ ਕਿਸੇ ਗੱਲੋਂ ਸੰਬੰਧ ਵਿਗੜ ਵੀ ਜਾਣ ਤੇ ਮੈਂ ਇਹੋ ਜਿਹੀ ਗੱਲ ਨਹੀਂ ਕਰੂੰਗਾ ਤੁਹਾਡੇ ਖਿਲਾਫ਼ ਕਦੇ ਵੀ ਜਿਹੜੀ ਕੋਈ ਗਲਤ ਜਾਂਦੀ ਹੋਵੇ ਸੋ ਮੈਂ ਹੁਣ ਵੀ ਕਹਿੰਦਾ ਕਿ ਪਾਰਟੀ ਇਕੱਠੀ ਹੋ ਜੇ ਤਾਂ ਫਾਇਦਾ ਹੈ ਜਿਹੜੀਆਂ ਕੋਈ ਗੱਲਾਂ ਵੇਖੋ ਜੇ ਕੁਝ ਪਾਰਟੀ ਤਾਂ ਲੋਕਾਂ ਦੀ ਹੈ ਨਾ ਲੋਕਾਂ ਦੇ ਨਾਲ ਹੀ ਚੱਲਣਾ ਨਾ ਜੇ ਜ਼ਿਆਦਾ ਲੋਕ ਚਾਹੁੰਦੇ ਆ ਵੀ ਪਾਰਟੀ ਦੇ ਵਿੱਚ ਚੇਂਜ ਹੋ ਜਾਣੀ ਚਾਹੀਦੀ ਤੇ ਫਿਰ ਕੀ ਫਰਕ ਪੈਂਦਾ ਜੇ ਰਾਜਭਾਗ ਚੇਂਜ ਹੋਣ ਨਾ ਆਉਂਦਾ ਤਾਂ ਰਾਜਭਾਗ ਲਿਆਉਣਾ ਚਾਹੀਦਾ ਪਾਰਟੀ ਨੂੰ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਆ ਕੋਈ ਸਾਨੂੰ ਦੁਪਹਿਰਾ ਨਹੀਂ ਉਹ ਜੇ ਕਹੀਏ ਦੁਪਹਿਰਾ ਪਰ ਗੱਲਾਂ 17 ਫਿਰ 19 ਫਿਰ 22 ਫਿਰ ਹੁਣ 24 ਥੱਲੇ ਥੱਲੇ ਆਈ ਜਾਂਦੇ ਥੱਲੇ ਥੱਲੇ ਆਈ ਜਾਂਦੇ ਫਿਰ ਉਹਨੂੰ ਹੁਣ ਪ੍ਰਧਾਨ ਨੂੰ ਸੋਚਣਾ ਚਾਹੀਦਾ ਵੀ ਮੇਰੇ ਕਰਕੇ ਤਾਂ ਪਾਰਟੀ ਉੱਠ ਨਹੀਂ ਰਹੀ ਬਲਕਿ ਜਮਾਂ ਥੱਲੇ ਨੂੰ ਜਾ ਰਹੀ ਹੈ ਉਹਨੂੰ ਇੱਕ ਵਾਰੀ ਛੱਡ ਦੇਣਾ ਚਾਹੀਦਾ ਫਿਰ ਨਾ ਆਇਆ ਫਿਰ ਆ ਜਾਏ ਫਿਰ ਕੀ ਹੈ ਇੰਨੀ ਸਾਂਝ ਤੇ ਇੰਨੀ ਨੇੜਤਾ ਵਾਲਾ ਸ਼ਖਸ ਸਿਕੰਦਰ ਸਿੰਘ ਮਲੂਕਾ ਤੇ ਫਿਰ ਉਹ ਫੋਨ ਅਜੇ ਤੱਕ ਕਿਉਂ ਨਹੀਂ ਆਇਆ ਵੀ ਜੇ ਤੁਹਾਡੀਆਂ ਗੱਲਾਂ ਬਾਤ ਤੁਸੀਂ ਕਹਿੰਦੇ ਪਰਿਵਾਰਕ ਸਾਂਝ ਵੀ ਹੈ ਫਿਰ ਤੁਹਾਨੂੰ ਤਾਂ ਫੋਨ ਕਰ ਸਕਦੇ ਸੀ ਉਸਨੇ ਲਾ ਸਕਦੇ ਸੀ ਕਰਨ ਕੋਈ ਇਹੋ ਜਿਹੀ ਗੱਲ ਨਹੀਂ ਕੋਈ ਇਹੋ ਜਿਹੀ ਗੱਲ ਤਾਂ ਸਾਡੀ ਕਿਉਂ ਨਹੀਂ ਆਇਆ ਇਹੋ ਜਿਹੀ ਤਲਖਲਾਮੀ ਤਾਂ ਸਾਡੀ ਹੋਈ ਵੀ ਨਹੀਂ ਕਿਉਂਕਿ ਜਿਹੜੀ ਹੋਈ ਹੈ ਲਾਸਟ ਜਿਹੜਾ ਫੋਨ ਆਇਆ ਮੈਨੂੰ ਇਹ ਆਇਆ ਸੀ ਉਦੋਂ ਕਿ ਜੀ ਫਰੀਦਕੋਟ ਤੇ ਤੁਸੀਂ ਧਿਆਨ ਦੇਣਾ ਪਾਰਲੀਮੈਂਟ ਹਲਕੇ ਦੇ ਉੱਤੇ ਲਾਸਟ ਮੇਰਾ ਉਦੋਂ ਮੌੜ ਹਲਕਾ ਵੀ ਮੈਥੋਂ ਲੈ ਲਿਆ ਸੀ ਉਸ ਤੋਂ ਬਾਅਦ ਵੀ ਮੈਨੂੰ ਫੋਨ ਆਇਆ ਸੀ ਇੱਕ ਉਸ ਤੋਂ ਬਾਅਦ ਨਹੀਂ ਕਦੇ ਨਹੀਂ ਫਿਰ ਕੀ ਲੱਗਦਾ ਕਿ ਉਹਨਾਂ ਨੂੰ ਲੱਗਿਆ ਕਿ ਵੀ ਹਾਂ ਸਿਕੰਦਰ ਸਿੰਘ ਮਲੂਕਾ ਨੂੰ ਕੀ ਉਹਨਾਂ ਤੁਹਾਨੂੰ ਪਾਰਟੀ ਤੋਂ ਬਾਹਰ ਹੀ ਸਮਝ ਲਿਆ ਇਹ ਤਾਂ ਫਿਰ ਉਹਨਾਂ ਦੇ ਮਨ ਦੇ ਵਿੱਚ ਕੀ ਸੀਗਾ ਉਹ ਤਾਂ ਉਹ ਹੀ ਦੱਸ ਸਕਦੇ ਨੇ ਮੈਂ ਤਾਂ ਉਹਨਾਂ ਦੇ ਮਨ ਦੀ ਗੱਲ ਤਾਂ ਨਹੀਂ ਦੱਸ ਸਕਦਾ ਪਰ ਮੇਰੀ ਸਮਝ ਵੱਡਾ ਦਿਲ ਉਹਨਾਂ ਨੂੰ ਰੱਖਣਾ ਚਾਹੀਦਾ ਹੁੰਦਾ ਪ੍ਰਧਾਨ ਨੂੰ ਹਮੇਸ਼ਾ ਜਿਹੜੇ ਵੀ ਕੋਈ ਸਾਥੀ ਨਾਰਾਜ਼ ਸੀਗੇ ਇਕੱਲਾ ਮੈਂ ਨਹੀਂ ਬਾਕੀ ਵੀ ਕਿੰਨੇ ਹੋਰ ਨੇ ਮੈਂ ਇਕੱਲਾ ਨਹੀਂ ਹੈਗਾ ਅਸੀਂ ਤਾਂ ਜਿਹੜਾ ਵੀ ਕੋਈ ਰੁੱਸ ਜਾਂਦਾ ਸੀ ਸਿਕਾ ਉਹਨੂੰ ਕਹਿੰਦੇ ਹੁੰਦੇ ਸੀ ਬਣਾ ਲਓ ਜੀ ਇਹਨੂੰ ਜਿਵੇਂ ਨਵੇਂ ਕਰਕੇ ਬਲਕਿ ਕੱਢਣ ਬਾਰੇ ਵੀ ਹੁਣ ਇੱਕ ਸਿਸਟਮ ਬਣਾ ਲਿਆ ਸੀ ਪ੍ਰਧਾਨ ਸਾਹਿਬ ਦਾ ਆਦਤ ਸੀ ਇਹਦੇ ਕੱਢ ਦਿਓ ਜੀ ਪਾਰਟੀ ਚੋਂ ਮੈਂ ਕਿਹਾ ਸੀ ਉਹਨਾਂ ਕੱਢਿਆ ਕਰਕੇ ਆਪਾਂ ਜੀ ਆਪਣੇ ਚ ਇੰਨਾ ਚਿਰ ਪਾਰਟੀ ਚ ਬੰਦਿਆਂ ਨੇ ਕੰਮ ਕੀਤਾ ਚਲੋ ਜੇ ਕਿਸੇ ਵੇਲੇ ਕਿਸੇ ਤੋਂ ਗਲਤੀ ਵੀ ਹੋ ਗਈ ਆਪਾਂ ਨੋਟਿਸ ਦੇਈਏ ਨੋਟਿਸ ਦੇ ਕੇ ਉਹ ਬੰਦਾ ਆਊਗਾ ਆਪਾਂ ਨੂੰ ਜਵਾਬ ਦੇਊਗਾ ਸਾਡੇ ਨਾਲ ਬੈਠੂਗਾ ਸ਼ਾਇਦ ਆਪਣੀ ਸਹਿਮਤੀ ਬਣ ਜੇ ਠੀਕ ਹੀ ਹੋ ਜੇ ਕੋਈ ਬੰਦਾ ਕਈ ਵਾਰੀ ਮੈਂ ਤਾਂ ਜਿੰਨੇ ਬੰਦੇ ਕੱਢੇ ਆ ਸਾਰਿਆਂ ਨੂੰ ਦੋ ਦੋ ਨੋਟਿਸ ਦਿੱਤੇ ਆ ਸੱਦਿਆ ਉਹਨਾਂ ਨੂੰ ਫਿਰ ਜਦੋਂ ਉਹਨਾਂ ਨੇ ਜਵਾਬ ਹੀ ਦਿੱਤਾ ਵੀ ਅਸੀਂ ਤਾਂ ਆਉਣਾ ਹੀ ਨਹੀਂ ਜੀ ਤੁਹਾਡੇ ਪਰ ਰਹਿਣੇ ਨਹੀਂ ਹੁਣ ਇਸ ਪਾਰਟੀ ਦੇ ਵਿੱਚ ਫਿਰ ਅਸੀਂ ਕੱਢਿਆ ਨਹੀਂ ਉਹਨਾਂ ਚਿਰ ਕੱਢਿਆ ਮਲੂਕਾ ਸਾਹਿਬ ਤੁਸੀਂ ਡਿਸਿਪਲਿਨਰੀ ਕਮੇਟੀ ਦੇ ਚੇਅਰਮੈਨ ਸੀ ਕਿ ਹੁਣ ਵੀ ਹੈਗੇ ਹੋ ਚੇਅਰਮੈਨ ਸੀ ਪਾਰਟੀ ਦੇ ਖਿਲਾਫ਼ ਬਾਗੀ ਸੁਰ ਹਾਲਾਤ ਪੈਦਾ ਹੋ ਗਏ ਜਿਹਨੇ ਕੰਟਰੋਲ ਕਰਨਾ ਸੀ ਬਾਗੀ ਹੋਏ ਨੀ ਅਸੀਂ ਕਿੱਥੇ ਬਾਗੀ ਹੋਏ ਸਾਨੂੰ ਤਾਂ ਬਾਗੀ ਮੱਲੋ ਮੱਲੀ ਕੀਤਾ ਜਾ ਰਿਹਾ ਅਜੇ ਤੁਸੀਂ ਅਜੇ ਬਾਗੀ ਨਹੀਂ ਅਸੀਂ ਤਾਂ ਸਾਨੂੰ ਤਾਂ ਮੱਲੋ ਮੱਲੀ ਕੱਢਿਆ ਜਾ ਰਿਹਾ ਆਪੇ ਜਦੋਂ ਪਹਿਲਾਂ ਤਾਂ ਸਾਥੋਂ ਵੇਖੋ ਹਲਕਾ ਖੋਲਿਆ ਫਿਰ ਉਹਨਾਂ ਨੇ ਮੇਰੀ ਕਮੇਟੀ ਖੋਲੀ ਢੀਂਡ ਸਾਹਿਬ ਪਰਿਵਾਰ ਹੋਵੇ ਬੀਬੀ ਜਗੀਰ ਕੌਰ ਹੋਣ ਗੁੱਸੇ ਹੋ ਗਏ ਵੱਖਰੇ ਚਲੋ ਬੀਬੀ ਜਗੀਰ ਕੌਰ ਕਹਿੰਦੇ ਮੈਂ ਕਿਤੇ ਨੀ ਗਈ ਸੀ ਮੈਨੂੰ ਕੱਢਿਆ ਸੀ ਅੱਛਾ ਉਹ ਜਦੋਂ ਬਰਾਤ ਰਾਏ ਕਿਸੇ ਨੇ ਕਰੀ ਵਾਪਸ ਲਿਆਏ ਫਿਰ ਐਸੇ ਹਾਲਾਤ ਕਿਉਂ ਪੈਦਾ ਹੋ ਗਏ ਵੀ ਉਹਨਾਂ ਨੂੰ ਸਾਂਭ ਕੇ ਕਿਉਂ ਨੀ ਰੱਖਿਆ ਜਾ ਸਕਿਆ ਪਰ ਉਹੀ ਉਹੀ ਗੱਲਾਂ ਤਾਂ ਸਾਰੀਆਂ ਆਉਂਦੀਆਂ ਨਾ ਵੇਖੋ ਡਿਊਟੀਆਂ ਸਾਰੀਆਂ ਜਿਹੜਾ ਆਗੂ ਹੈ ਪਰਿਵਾਰ ਦਾ ਉਹੀ ਹੁੰਦਾ ਪਰਿਵਾਰ ਦਾ ਜਿਹੜਾ ਮੁਖੀ ਹੈ ਜੇ ਉਹ ਸਿਆਣਾ ਤਾਂ ਉਹ ਸਾਰੇ ਪਰਿਵਾਰ ਨੂੰ ਇਕੱਠਾ ਰੱਖ ਲੈਂਦਾ ਜੇ ਨਹੀਂ ਸਿਆਣਾ ਤਾਂ ਫਿਰ ਪਰਿਵਾਰ ਖਿੰਡ ਜਾਂਦਾ ਬੱਚੇ ਅੱਡ ਹੋ ਜਾਂਦੇ ਨੇ ਅੱਡ ਹੋ ਜਾਂਦਾ ਵੰਡਿਆ ਜਾਂਦਾ ਸਾਰਾ ਕੁਝ ਵੰਡ ਕੇ ਫਿਰ ਨੁਕਸਾਨ ਹੀ ਹੁੰਦਾ ਆਪਾਂ ਨੂੰ ਪਤਾ ਚਰਨਜੀਤ ਸਿੰਘ ਡਿਊਟੀਆਂ ਤਾਂ ਪ੍ਰਧਾਨ ਸਾਹਿਬ ਦੀਆਂ ਡਿਊਟੀਆਂ ਨੇ ਪ੍ਰਧਾਨ ਨੂੰ ਆਪਣੀਆਂ ਡਿਊਟੀਆਂ ਤੋਂ ਮੇਰੀ ਸਮਝ ਕੁਤਾਹੀ ਕਰ ਰਿਹਾ ਹਲੇ ਵੀ ਉਹਨੂੰ ਵੱਡਾ ਦਿਨ ਰੱਖ ਕੇ ਜਿਹੜੇ ਨਾਲ ਆਸੇ ਪਾਸੇ ਕੋਈ ਬੰਦੇ ਇਹੋ ਜਿਹੇ ਲੱਗੇ ਜਿਹੜੇ ਕੁਛ ਨਹੀਂ ਹੁੰਦਾ ਜੀ ਕੀ ਹੁੰਦਾ ਫਿਰ ਮੁੜ ਕੇ ਵੇਲਾ ਨਹੀਂ ਹੱਥ ਹੁੰਦਾ ਸਮੇਂ ਹੁੰਦੇ ਨੇ
ਤੇ ਜੇ ਸਮੇਂ ਗੁਆਚ ਜਾਂਦੇ ਆ ਮੁੜ ਕੇ ਕਈ ਵਾਰੀ ਫਿਰ ਥਿਉਂਦੇ ਨਹੀਂ ਹੁੰਦੇ। ਸੋ ਉਹਨਾਂ ਦੀ ਡਿਊਟੀ ਬਣਦੀ ਹੈ ਵੀ ਕਿ ਹਲੇ ਵੀ ਕੋਈ ਨਾ ਕੋਈ ਰਸਤਾ ਇਹਦਾ ਕੋਈ ਨਾ ਕੋਈ ਹੱਲ ਕੱਢ ਕੇ ਸਾਰਿਆਂ ਨੂੰ ਇਕੱਠੇ ਕਰਕੇ ਲਓ ਭਾਈ ਜਿਵੇਂ ਸਾਰੇ ਚਾਹੁੰਦੇ ਆਪਾਂ ਉਵੇਂ ਕਰ ਲੈਂਦੇ ਹਾਂ, ਇਹੋ ਜਿਹਾ ਕੋਈ ਹੱਲ ਕੱਢ ਲੈਣਾ ਚਾਹੀਦਾ। ਚਰਨਜੀਤ ਸਿੰਘ ਬਰਾੜ ਨੇ ਬੰਟੀ ਰਮਾਣਾ ਸਮੇਤ ਕਈ ਪੰਜ ਸੱਤ ਲੋਕਾਂ ਦੇ ਨਾਮ ਲਏ, ਬੰਟੀ ਰਮਾਣਾ, ਰੋਜੀ ਦਾ ਨਾਮ ਲੈ ਤਾ, ਨੋਨੀ ਦਾ ਲੈ ਤਾ, ਇਹਨਾਂ ਦੇ ਨਾਮ ਲਏ ਕਿ ਇਹ ਇੱਕ ਐਸੀ ਟੀਮ ਹੈ ਜਿਹੜੇ ਐਡਵਾਈਜ਼ਰ ਹੈ ਪ੍ਰਧਾਨ ਸਾਹਿਬ ਦੇ, ਕਹਿੰਦੇ ਇਹਨਾਂ ਕਰਕੇ ਸਿਸਟਮ ਖਰਾਬ ਹੋਇਆ। ਚਲੋ ਮੈਂ ਕਿਸੇ ਦਾ ਨਾਂ ਤਾਂ ਨਹੀਂ ਲੈਂਦਾ ਜੀ, ਪ੍ਰਧਾਨ ਜੀ ਨੇ ਆਪਣੀ ਮਰਜ਼ੀ ਦੇ ਬੰਦੇ ਜਿਹੜੇ ਉਹਨੂੰ ਚੰਗੇ ਲੱਗਦੇ ਹੁੰਦੇ ਉਹ ਨੇੜੇ ਰੱਖਣੇ ਹੁੰਦੇ ਆ, ਹਮੇਸ਼ਾ ਹੀ ਹੁੰਦਾ ਕੁਛ ਬੰਦੇ ਪ੍ਰਧਾਨ ਦੇ ਨਾਲ ਆਪੇ ਲੱਗ ਜਾਂਦੇ ਨੇ, ਹਾਲਾਤ ਨਾਲ ਲੱਗ ਜਾਂਦੇ ਨੇ, ਕੁਛ ਬੰਦਿਆਂ ਨੂੰ ਪ੍ਰਧਾਨ ਜੀ ਜਿਹੜੇ ਹੁੰਦੇ ਨੇ ਕਿਸੇ ਵੀ ਪਾਰਟੀ ਦੇ ਪ੍ਰਧਾਨ ਹੋਣ ਉਹ ਰੱਖ ਲੈਂਦੇ ਨੇ, ਉਹ ਤਾਂ ਉਹਨਾਂ ਨੂੰ ਜਿਹੜੇ ਪਤਾ ਹੁੰਦਾ ਵੀ ਇਹ ਚੰਗੇ ਆ ਮਾੜੇ, ਮੈਂ ਤਾਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਮੇਰੇ ਭਾਈ ਤਾਂ ਸਾਰੇ ਚੰਗੇ ਨੇ, ਸਾਡੇ ਚ ਕੋਈ ਨਾ ਕੋਈ ਨੁਕਸ ਹੋਊਗਾ, ਬਾਕੀ ਤਾਂ ਸਾਰੇ ਆਪਣੇ ਨਾਲ ਸਾਰਿਆਂ ਨੂੰ ਚੰਗੇ ਹੀ ਗਿਣਦੇ ਹੋ। ਤੁਸੀਂ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਦਾ ਜ਼ਿਕਰ ਕੀਤਾ ਕਿ ਸੀਟਾਂ ਤੇ ਫੈਸਲਾ ਲੈਣਾ ਚਾਹੀਦਾ ਸੀ, ਅੱਜ ਉਹ ਉਹਨਾਂ ਨੂੰ ਲੋਕਾਂ ਨੇ ਵੋਟ ਵੀ ਪਾ ਦਿੱਤੀ, ਚੁਣ ਵੀ ਲਿਆ, ਤਾਂ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਫੈਸਲਾ ਹੋਏਗਾ? ਕੀ ਤੁਸੀਂ ਹੁਣ ਉਹਨਾਂ ਨੂੰ ਪੰਥਕ ਮੰਨਦਿਆਂ ਪਾਰਟੀ ਦੇ ਵਿੱਚ ਲੈ ਕੇ ਚੱਲਣਾ ਚਾਹੋਗੇ? ਤੁਹਾਨੂੰ ਲੱਗਦਾ ਹੈ ਕਿ ਅੱਜ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ, ਕਿਉਂਕਿ ਅੱਗੇ SGPC ਚੋਣਾਂ ਵੀ ਆ ਰਹੀਆਂ ਤੇ ਚੋਣ ਤੇ ਚੋਣ ਚੜ੍ਹੀ ਆਉਂਦੀ ਹੈ, ਤੁਹਾਨੂੰ ਲੱਗਦਾ ਹੈ ਕਿ ਅੱਜ ਉਹਨਾਂ ਨੂੰ ਨਾਲ ਲੈ ਕੇ ਚੱਲੋਗੇ ਤੁਸੀਂ? ਦੇਖੋ ਜਿੱਥੋਂ ਤੱਕ ਮੇਰੀ ਰਾਏ ਆ, ਰਾਏ ਤਾਂ ਸਾਰੀ ਪਾਰਟੀ ਦੀ ਹੋਊ ਨਾ, ਕੱਲੀ ਮੇਰੀ ਤਾਂ ਚੱਲਣੀ ਨਹੀਂ, ਮੇਰੀ ਰਾਏ ਮੈਂ ਤਾਂ ਰਾਏ ਦੇ ਸਕਦਾ। ਜਿੱਥੋਂ ਤੱਕ ਮੇਰੀ ਰਾਏ ਆ, ਸਾਰਿਆਂ ਨੂੰ ਨਾਲ ਲੈਣਾ ਚਾਹੀਦਾ, ਜਿੰਨੇ ਇਸ ਵੇਲੇ ਛੋਟੇ ਮੋਟੇ ਧੜੇ ਨੇ ਅਕਾਲੀ ਦਲ ਦੇ ਜਾਂ ਸੰਸਥਾਵਾਂ ਨੇ, ਫੈਡਰੇਸ਼ਨਾਂ ਨੇ, ਸੰਤ ਸਮਾਜ ਹੈ, ਇਹ ਦੋ ਮੈਂਬਰ ਪਾਰਲੀਮੈਂਟ ਨੇ, ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਇੱਕ ਧੜਾ ਬਣਾ ਕੇ ਚੱਲਣਾ ਚਾਹੀਦਾ। ਅਸੀਂ ਤਾਂ ਮੁੜ ਕੇ ਅਪੀਲ ਇਸ ਅਕਾਲੀ ਦਲ ਨੂੰ ਵੀ ਕਰਨੀ ਚਾਹੀਦੀ ਵੀ ਇਹ ਵੀ ਵਿੱਚੇ ਆ ਜੇ। ਸੋ ਸਾਰੇ ਜਿੰਨਾ ਇਕੱਠਾ ਹੋ ਕੇ ਜਿੰਨਾ ਮਜ਼ਬੂਤ ਬਣੂਗਾ, ਉਨਾ ਹੀ ਛੇਤੀ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਲੋਕਾਂ ਦੀ ਸੇਵਾ ਕਰਨ ਦਾ ਤੁਹਾਨੂੰ ਮੌਕਾ ਮਿਲੇਗਾ, ਉਨੀ ਛੇਤੀ ਤੁਹਾਡੇ ਨਾਲ ਲੋਕ ਲੱਗਣਗੇ। ਜੇ ਅਸੀਂ ਅੱਡੋ ਅੱਡੀ ਦੁਕਾਨਾਂ ਖੋਲ੍ਹੀ ਰੱਖੀਆਂ ਫਿਰ ਮੈਨੂੰ ਲੱਗਦਾ ਵੀ ਉਹੀ ਖੁਸ਼ੀ ਰਹਿਣਾ ਜਿਹੜਾ ਪਹਿਲਾਂ ਆਪਾਂ ਵੇਖੀ ਜਾਂਦੇ ਹਾਂ। ਸੋ ਜਿੰਨੀ ਛੇਤੀ ਮੇਰੀ ਰਾਏ ਆਪਣੀ ਕਿ ਜਿੰਨਾ ਵੀ ਵੱਧ ਤੋਂ ਵੱਧ ਬੰਦਿਆਂ ਨੂੰ, ਦੋਨੇ ਮੈਂਬਰ ਪਾਰਲੀਮੈਂਟ ਨੂੰ, ਹੋਰ ਵੀ ਬੜੇ ਲੋਕ ਨੇ, ਬੜੇ ਅੱਛੇ ਅੱਛੇ ਲੋਕ ਨੇ, ਸਿਮਰਜੀਤ ਸਿੰਘ ਮਾਨ, ਹਾਂ ਸਾਰੇ, ਮੈਂ ਤਾਂ ਕਹਿੰਦਾ ਜਿੰਨੇ ਵੀ ਛੋਟੇ ਮੋਟੇ ਧੜੇ ਨੇ ਜਾਂ ਸੰਸਥਾਵਾਂ ਨੇ ਜਾਂ ਸੱਤ ਸਮਾਜ ਦੇ ਹਿੱਸੇ ਨੇ, ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਬੁੱਕ ਚ ਲੈ ਕੇ ਇਕੱਠੇ ਹੋ ਕੇ ਇੱਕ ਜਿਹੜਾ ਬਹੁਤ ਹੀ ਜੋ ਕੋਈ ਕਾਬਲ ਬੰਦਾ ਲੱਭ ਕੇ ਜਿਹੜਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਦਾ ਉਹਨੂੰ ਅਗਵਾਈ ਦੇ ਦੇਣੀ ਚਾਹੀਦੀ। ਅੰਮ੍ਰਿਤਪਾਲ ਸਿੰਘ ਹੋਰੀ ਹਲੇ ਵੀ ਜੇਲ੍ਹ ਚ ਬੰਦ ਨੇ, ਹੁਣ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ, ਕੀ ਹੋਣਾ ਚਾਹੀਦਾ? ਮੈਂ ਕਹਿੰਦਾ ਵੀ ਉਹਨਾਂ ਨੂੰ ਹੁਣ ਲੋਕਾਂ ਨੇ ਫਤਵਾ ਦਿੱਤਾ, ਐਡਾ ਉਹਦਾ ਗਨਾਹ ਹੈ ਨਹੀਂ ਸੀ ਜਿੰਨੀ ਉਹਨੂੰ ਸਜ਼ਾ ਮਿਲ ਗਈ, ਸਾਲ ਭਰ ਉਹਨੇ ਲਾ ਲਿਆ ਉੱਥੇ। ਚਲੋ ਜੇ ਉਹਨੇ ਗਨਾਹ ਵੀ ਕੀਤਾ, ਮੈਂ ਕਹਿੰਦਾ ਮੈਂ ਹੋਰ ਵੀ ਕਹਿੰਦਾ ਕਿ ਥਾਣੇ ਤੇ ਹਮਲਾ ਕਰਨਾ ਉਹਦੇ ਵਾਸਤੇ ਠੀਕ ਨਹੀਂ ਸੀ, ਬਚਪਨਾ ਕੀਤਾ ਉਹਨੇ, ਪਰ ਉਦੋਂ ਬਾਅਦ ਜਿੰਨੀ ਉਹਨੂੰ ਸਜ਼ਾ ਦਿੱਤੀ ਇੰਨਾ ਨਹੀਂ ਸੀ ਗਨਾਹ, ਤੇ ਹੁਣ ਸਰਕਾਰ ਨੂੰ ਵੱਡਾ ਦਿਲ ਵਿਖਾਉਂਦਿਆਂ ਹੋਇਆ ਉਹਨੂੰ ਪਾਰਲੀਮੈਂਟ ਵਿੱਚ ਜਾ ਰਿਹਾ। ਤੁਸੀਂ ਕੋਈ ਤੁਹਾਡੇ ਗਰੁੱਪ ਵੱਲੋਂ ਕੋਈ ਕੇਂਦਰ ਨੂੰ ਪੱਤਰ ਭੇਜੋਗੇ? ਸਾਰੇ ਪਾਰਟੀ ਰਾਏ ਕਰਕੇ ਤੇ ਮੇਰੀ ਸਮਝ ਚ ਵੀ ਸਾਡੀ ਮੰਗ ਤਾਂ ਅਸੀਂ ਕੀਤੀ ਹੈ, ਮੰਗ ਤਾਂ ਕੱਲ ਵੀ ਕੀਤੀ ਹੈ, ਅਸੀਂ ਕੱਲ ਵੀ ਕੀਤੀ ਹੈ, ਪਹਿਲਾਂ ਉਦੋਂ ਜਲੰਧਰ ਵੀ ਕੀਤੀ ਹੈ, ਕੱਲ ਵੀ ਕੀਤੀ ਹੈ, ਤੇ ਅਸੀਂ ਤਾਂ ਹੁਣ ਵੀ ਮੈਂ ਤਾਂ ਮੰਗ ਕਰਦਾ ਆਪਣੇ ਲੈਵਲ ਤੇ ਵੀ ਕਰਦਾ, ਸਾਡੇ ਗਰੁੱਪ ਨੇ ਵੀ ਕੀਤੀ ਹੈ ਸਾਰੇ ਨੇ, ਤੇ ਛੱਡ ਦੇਣਾ ਚਾਹੀਦਾ ਪਾਰਲੀਮੈਂਟ ਦੇ ਵਿੱਚ ਉਹਨੂੰ ਜਾਣ ਦੇਣਾ ਚਾਹੀਦਾ। ਸੂਬਾ ਸਰਕਾਰ ਔਰ ਕੇਂਦਰ ਸਰਕਾਰ ਦਾ ਬਹੁਤ ਵੱਡਾ ਫਤਵਾ ਹੈ, ਪੰਜਾਬ ਚ ਸਭ ਤੋਂ ਜ਼ਿਆਦਾ ਵੋਟਾਂ ਉਹ ਲੈ ਕੇ ਜਿੱਤੇ ਆ, ਸੋ ਉਹਨੂੰ ਛੱਡ ਦੇਣਾ। ਉਹਨਾਂ ਦਾ ਨਾਮ ਅਨਾਊਂਸ ਹੋਇਆ ਜਦੋਂ ਸਹੁੰ ਚੁੱਕ ਸਮਾਗਮ ਹੋ ਰਿਹਾ ਸੀਗਾ, ਤੇ ਉਹਨਾਂ ਦਾ ਨਾਮ ਅਨਾਊਂਸ ਹੋਇਆ, ਜੇ ਹਲੇ ਨਹੀਂ ਸੀ ਛੱਡ ਸਕਦੇ ਉਹਨੂੰ ਉੱਥੋਂ ਲਿਆਉਣਾ ਚਾਹੀਦਾ ਸੀ, ਸਿਕਿਉਰਿਟੀ ਤੌਰ ਤੇ ਲਿਆਉਂਦੇ, ਸਹੁੰ ਤਾਂ ਉਹਨੂੰ ਚੁਕਾ ਦੇਣੀ ਚਾਹੀਦੀ ਸੀ, ਇਹ ਵੀ ਸਰਕਾਰ ਨੂੰ ਨਹੀਂ ਉਹ ਕਰਨਾ ਚਾਹੀਦਾ। ਅੱਛਾ ਹੁਣ ਵਾਲੇ ਦਿਨਾਂ ਦੇ ਵਿੱਚ ਕੀ ਕਿਸ ਤਰ੍ਹਾਂ ਦਾ ਕੋਈ ਫੈਸਲਾ ਕਰਨ ਜਾ ਰਹੇ ਹੋ, ਕੀ ਤਿਆਰੀ ਹੈ? ਹਲੇ ਤਾਂ ਮੇਨ ਤਾਂ ਸਾਡਾ ਉੱਥੇ ਹੀ ਜਾਣਾ ਹੈਗਾ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣਾ, 1 ਤਰੀਕ ਨੂੰ ਮੈਂ 1 ਤਰੀਕ ਨੂੰ ਹਲੇ ਤਾਂ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣਾ, ਉਦੋਂ ਬਾਅਦ ਉੱਥੇ ਉਹ ਕੀ ਫੈਸਲਾ ਕਰਦੇ ਨੇ ਅਕਾਲ ਤਖ਼ਤ ਸਾਹਿਬ ਵਾਲੇ, ਉਹਨਾਂ ਦੇ ਫੈਸਲੇ ਤੋਂ ਬਾਅਦ ਫਿਰ ਬੈਠ ਕੇ ਪਾਰਟੀ ਸੋਚ ਕੇ ਕਿ ਕੀ ਅੱਗੇ ਪਾਰਟੀ ਨੂੰ ਕਿਵੇਂ ਇਕੱਠਾ ਕਰਨਾ ਕੀ ਹੈ, ਜਿਵੇਂ ਇੱਕ ਬੰਦਾ ਹਲੇ ਤਾਂ ਜ਼ਿੰਮੇਵਾਰੀ ਕਿਹਨੂੰ ਸੰਭਾਉਣੀ ਹੈ ਇਹ ਵੀ ਨਹੀਂ ਹਲੇ, ਇਸ ਦਾ ਬੰਦਾ ਹਲੇ ਉਹ ਨਹੀਂ ਲਾਇਆ ਅੱਗੇ ਆਗੂ ਕਿ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕੇ। ਤੁਹਾਨੂੰ ਕੀ ਲੱਗਦਾ ਮੁੱਖ ਤੌਰ 'ਤੇ ਕਿਸ ਤਰ੍ਹਾਂ ਸ਼ਖਸੀਅਤ ਨੂੰ ਬਿਠਾਉਣਾ ਚਾਹੀਦਾ ਹੁਣ ਮੂਹਰੇ?
ਦੇਖੋ ਮੇਰੀ ਸਮਝ ਵੀ ਜਿਹਦੇ ਤੇ ਕੋਈ ਉਂਗਲ ਨਾ ਟਿਕਦੀ ਹੋਵੇ, ਕਿਸੇ ਤੇ ਕੋਈ ਦੋਸ਼ ਨਾ ਹੋਵੇ, ਕਿਸੇ ਕਿਸਮ ਦਾ ਵੀ ਦੋਸ਼ ਨਾ ਹੋਵੇ, ਸਾਫ਼ ਸੁਥਰੀ ਸ਼ਖਸੀਅਤ ਹੋਵੇ, ਗੁਰਸਿੱਖ ਹੋਵੇ ਤੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦਾ ਹੋਵੇ। ਜਿਹੜਾ ਤੁਸੀਂ ਅਕਾਲ ਤਖ਼ਤ ਸਾਹਿਬ ਤੇ ਹੁਣ ਜਾ ਰਹੇ ਹੋ ਮਾਫ਼ੀ ਮੰਗਣ ਦੇ ਲਈ ਸਹੀ ਮਿਣੇ ਚ, ਔਰ ਇਹ ਕੱਲ ਤੁਸੀਂ ਕਿਹਾ ਸੀ ਕਿ ਜਿਹੜੇ ਲੋਕਾਂ ਨੇ ਉਸ ਵੇਲੇ ਜੇ ਸੱਤਾ ਦਾ ਹਿੱਸੇਦਾਰ ਸੀ ਜਾਂ ਕਿਸੇ ਵੀ ਫੈਸਲੇ ਦੇ ਹਿੱਸੇਦਾਰ ਸੀ, ਤਾਂ ਉਹਦੇ ਤੋਂ ਕੀ ਭਾਵ ਸਮਝੀਏ, ਕੌਣ ਲੋਕ ਜਾਣਗੇ ਇਸ ਵੇਲੇ ਉੱਥੇ ਮਾਫ਼ੀ ਮੰਗਣ? ਨਹੀਂ, ਉਸ ਵੇਲੇ ਦੋ ਗੱਲਾਂ ਤੇ ਲੋਕਾਂ ਚ ਚਰਚਾ। ਇੱਕ ਤਾਂ ਵੀ ਜਿਹੜਾ ਸਰਸੇ ਵਾਲਾ ਨੂੰ ਮਾਫ਼ੀ ਦਿੱਤੀ, ਇੱਕ ਤਾਂ ਉਹ ਲੋਕਾਂ ਦੇ ਮਨ ਚ ਗੁੱਸਾ ਲੈ ਬੈਠੀ ਤੁਹਾਨੂੰ ਵੀ ਉਹ ਕਿਉਂ, ਹਾਂ ਉਹ ਕਿਉਂ ਦਿੱਤੀ ਵੀ ਉਹਦੀ ਲੋੜ ਨਹੀਂ ਸੀ। ਇੱਕ ਸੀਗਾ ਜਿਹੜੀ ਬਹਿਬਲ ਕਲਾਂ ਗੋਲੀ ਚੱਲੀ ਜਾ, ਉੱਥੇ ਬੇਅਦਬੀ ਹੋਈ, ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਗੁਰੂ ਸਾਹਿਬ ਦੇ ਨਿਕਲਿਆ ਰਹਿ ਗਏ, ਬੇਅਦਬੀ ਹੋਈ, ਉਹਦੇ ਪੜਤਾਲ ਨਾ ਕੀਤੇ, ਉਹ ਸਿਚੁਏਸ਼ਨ ਨੂੰ ਠੀਕ ਤਰ੍ਹਾਂ ਦਾ ਸਾਂਭਿਆ ਨਹੀਂ ਗਿਆ, ਕਿਉਂਕਿ ਉਸ ਵੇਲੇ ਸਰਕਾਰ ਸਾਡੀ ਸੀ, ਮਾਫ਼ੀ ਦੇਣ ਵੇਲੇ ਵੀ ਸਰਕਾਰ ਸਾਡੀ ਸੀ, ਉਹ ਸਿਚੁਏਸ਼ਨ ਜਿਹੜੀ ਪੈਦਾ ਹੋਈ ਉਹਦੇ ਵੇਲੇ ਵੀ ਸਰਕਾਰ ਸਾਡੀ ਸੀ। ਉਸ ਵੇਲੇ ਕਿਤੇ ਨਾ ਕਿਤੇ ਕੋਈ ਗਲਤ ਰਹੀ ਹੈ ਨਾ, ਜਿਹੜੇ ਲੋਕ ਇੰਨੇ ਨਾਰਾਜ਼ ਹੋਏ, ਜਿਹੜੇ ਇੰਨੇ ਗੁੱਸੇ ਹੋਏ ਨੇ, ਕਿਤੇ ਨਾ ਕਿਤੇ ਗਲਤ ਹੈ। ਉਹਦੀ ਹੈ ਵੀ ਜੇ ਕੋਈ ਹੋਰ ਨਹੀਂ ਕਰਦਾ, ਬਣਦੀ ਤਾਂ ਡਿਊਟੀ ਪ੍ਰਧਾਨ ਸਾਹਿਬ ਦੀ ਹੋਈ ਹੈ, ਪ੍ਰਧਾਨ ਸਾਹਿਬ ਵੀ ਸਾਰਿਆਂ ਨੂੰ ਲੈ ਕੇ ਪਹਿਲਾਂ ਹੀ ਕਰ ਲੈਂਦੇ ਕੰਮ, ਉਹ ਗਏ ਸੀ ਪਹਿਲਾਂ, ਉਹ ਕਹਿੰਦੇ ਗਏ ਸੀ। ਨਹੀਂ ਉਹ ਜਿਹੜੇ ਵੇਖੋ ਦੋ ਗੱਲਾਂ ਨੇ, ਜਾ ਤਾਂ ਆਏ ਸੀਗੇ, ਮੰਨਦਾ ਮੈਂ ਗੱਲ ਥੋੜੀ ਵੀ, ਜਾ ਆਏ ਸੀ, ਉਹ ਕਹਿੰਦੇ ਹੋਏ ਸੀ ਜਾ ਕੇ, ਪਰ ਉਹ ਤਾਂ ਆਇਆ ਨਾ ਵੀ ਆਪ ਜਾ ਕੇ ਖੰਡ ਪਾਠ ਖਿਲਾ ਲਿਆ ਤੇ ਆਪ ਹੀ ਕਹਿਤਾ ਵੀ ਜੇ ਸਾਥੋਂ ਜਾਣੇ ਨਜਾਣੇ ਚ ਗਲਤੀਆਂ ਹੋਈਆਂ ਅਸੀਂ ਮਾਫ਼ੀ ਮੰਗਦੇ। ਅਕਾਲ ਤਖ਼ਤ ਦੀ ਮਾਫ਼ੀ ਉਹ ਨਹੀਂ ਹੁੰਦੀ, ਅਕਾਲ ਤਖ਼ਤ ਦੇ ਵਿੱਚ ਤਾਂ ਪਹਿਲਾਂ ਲਿਖ ਕੇ ਦੇਣਾ ਪੈਂਦਾ ਅਕਾਲ ਤਖ਼ਤ ਦੇ ਜਥੇਦਾਰ ਨੂੰ, ਫਿਰ ਉਹ ਬੈਠ ਕੇ ਪੰਜ ਸਿੰਘ ਸਾਹਿਬਾਨ ਫੈਸਲਾ ਕਰਦੇ ਨੇ, ਫਿਰ ਉਹ ਬੁਲਾਉਂਦੇ ਨੇ, ਬੁਲਾ ਕੇ ਫਿਰ ਉਹ ਪੁੱਛਦੇ ਨੇ, ਆਪ ਉਹ ਉੱਤੇ ਖੜਦੇ ਨੇ, ਤਖ਼ਤ ਦੇ ਜਿਹੜਾ ਮੂਹਰੇ ਥੋੜਾ ਸਾਹਿਬ ਬਣਿਆ ਹੋਇਆ ਉੱਥੇ ਖੜਦੇ ਨੇ ਜਥੇਦਾਰ, ਤੇ ਸੰਗਤ ਥੱਲੇ ਖੜੀ ਹੁੰਦੀ ਹੈ, ਜਿਹੜੇ ਬੰਦੇ ਨੂੰ ਸੱਦਿਆ ਹੁੰਦਾ ਉਹ ਵੀ ਥੱਲੇ ਖੜਾ ਹੁੰਦਾ, ਇੱਕ ਹੋਵੇ ਚਾਹੇ ਪੰਜ ਹੋਣ, ਉਹ ਥੱਲੇ ਖੜਾ, ਫਿਰ ਉਹਨੂੰ ਪੁੱਛਦੇ ਆ, ਭਾਈ ਜੋ ਤੁਸੀਂ ਆਹ ਲਿਖ ਕੇ ਦਿੱਤਾ ਤੂੰ ਮੰਨਦਾ ਇਹ ਗੱਲਾਂ ਆਪਦੀਆਂ ਗ੍ਰਾਹ ਕਬੂਲ ਕਰਦਾ? ਬੰਦਾ ਕਹਿੰਦਾ ਹਾਂ ਜੀ ਮੈਂ ਕਬੂਲ ਕਰਦਾ। ਫਿਰ ਉਹ ਕਹਿੰਦੇ ਵੀ ਜੋ ਅਸੀਂ ਸਜ਼ਾ ਸੁਣਾ ਦਈਏ ਤੂੰ ਮੰਨੇਗਾ? ਉਹ ਕਹਿੰਦਾ ਹਾਂਜੀ ਮੈਂ ਮੰਨੂਗਾ, ਦੋਨੇ ਹੱਥ ਜੋੜ ਕੇ। ਫਿਰ ਉਹ ਸਜ਼ਾ ਸੁਣਾਉਂਦੇ ਆ, ਕੋਈ ਵੀ ਸਜ਼ਾ ਦਿੰਦੇ ਆ, ਚਾਹੇ ਭਾਂਡੇ ਮਾਂਜਣ ਦੀ ਦਿੰਦੇ ਆ, ਚਾਹੇ ਜੋੜੇ ਸਾਹਿਬ ਕਰਨ ਦੀ ਦਿੰਦੇ ਆ, ਚਾਹੇ ਉਹ ਬਰੀ ਵੀ ਕਰ ਦਿੰਦੇ ਆ, ਉਹ ਮਰਜ਼ੀ ਉਹਨਾਂ ਦੀ ਹੈ। ਉਹ ਆਹ ਸਿਸਟਮ ਦਾ ਜਿਹੜਾ ਹੈਗਾ, ਆਪੇ ਨਹੀਂ ਵੀ ਮੈਂ ਆਪੇ ਜਾ ਕੇ ਮੱਥਾ ਟੇਕ ਲਿਆ, ਆਪੇ ਮੁੱਢ ਸਹਾ ਕਿਹੜਾ, ਆਪੇ ਜਿਉਂਦੀ ਰਹਿ, ਉਹ ਨਹੀਂ ਹੁੰਦਾ। ਤੇ ਉਹ ਕੱਲ ਤੱਕ ਦਾ ਪ੍ਰੋਸੈਸ ਤਾਂ ਇਹ ਹੈ, ਉਹ ਤੁਸੀਂ ਭਾਵੇਂ ਰੋਜ਼ ਕੱਲ ਤੱਕ ਸਾਹਿਬ ਤੇ ਜਾ ਕੇ ਮੱਥਾ ਟੇਕ ਕੇ ਮਾਫ਼ੀ ਮੰਗ ਲਓ, ਕੁਝ ਹੁੰਦਾ ਨਹੀਂ ਤੁਹਾਨੂੰ। ਤੁਸੀਂ ਹੁਣ ਇਹ ਲਿਖਤੀ ਤੌਰ ਤੇ ਸ੍ਰੀ ਕੱਲ ਤੱਖਤ ਸਾਹਿਬ ਨੂੰ ਮਾਫ਼ੀਨਾਮਾ ਆਪਦਾ ਭੇਜੋਗੇ ਤੇ ਉਹ ਵਿਧੀ ਵਿਧਾਨ ਨਾਲ ਸਜ਼ਾ ਲਓਗੇ? ਹਾਂ, ਲਿਖਤੀ। ਲੱਗਦਾ ਕਿ ਤੁਸੀਂ ਮਤਲਬ ਉਸ ਪੂਰੇ ਘਟਨਾਕ੍ਰਮ ਦੇ ਭਾਗੀਦਾਰ ਬਣ ਗਏ? ਅਸੀਂ ਵਿੱਚ ਭਾਗੀਦਾਰ ਨਹੀਂ ਸੀਗੇ, ਭਾਗੀਦਾਰ ਅਸੀਂ ਕਿਸੇ ਕੰਮ ਦੇ ਵੀ ਨਹੀਂ ਸੀਗੇ, ਅਸੀਂ ਸਰਕਾਰ ਦੇ ਵਿੱਚ ਤਾਂ ਸੀਗੇ ਨਾ, ਪਾਰਟੀ ਦੇ ਵਿੱਚ ਤਾਂ ਸੀਗੇ ਨਾ। ਜੇ ਪਾਰਟੀ ਤੇ ਸਰਕਾਰ ਤੋਂ ਕੋਈ ਗਲਤੀ ਹੋਈ ਹੈ ਤਾਂ ਥੋੜੇ ਬਹੁਤੇ ਨਾਲ ਫਿਰ ਅਸੀਂ ਵੀ ਹੈਗੇ ਹੀ ਆ ਨਾ, ਅਸੀਂ ਤਾਂ ਹੈਗੇ ਨਾ, ਜ਼ਿੰਮੇਵਾਰੀ ਤਾਂ ਮੇਅਰ ਬੰਦਿਆਂ ਦੀ ਹੁੰਦੀ ਹੈ, ਪਰ ਨਾਲ ਤਾਂ ਸਾਰੇ ਸੀਗੇ ਅਸੀਂ ਵਿੱਚ। ਤੇ ਜੇ ਕੋਈ ਹੋਰ ਨਹੀਂ ਕਰਦਾ ਤਾਂ ਜ਼ਿਆਦਾ ਰਾਏ ਆ ਸੰਗਤ ਦੀ, ਪੰਜਾਬ ਦੀ ਸੰਗਤ ਦੀ ਰਾਏ ਆ, ਲੋਕਾਂ ਦੀ ਰਾਏ ਆ, ਸਾਡੀ ਪਾਰਟੀ ਦੇ ਲੀਡਰਾਂ ਦੀ ਰਾਏ ਆ ਵੀ ਆਪਾਂ ਨੂੰ ਮੰਗ ਲੈਣੀ ਚਾਹੀਦੀ। ਅੱਛਾ, ਅਕਾਲੀ ਦਲ ਨੂੰ ਬਚਾਉਣ ਲਈ ਆਖਰੀ ਕੋਈ ਸੁਨੇਹਾ ਪ੍ਰਧਾਨ ਸਾਹਿਬ ਨੂੰ ਦੇਣਾ ਚਾਹੋ? ਵੇਖੋ, ਅਕਾਲੀ ਦਲ ਤਕੜਾ ਹੋਣਾ ਚਾਹੀਦਾ, ਅਕਾਲੀ ਦਲ ਬਚਣਾ ਚਾਹੀਦਾ, ਹਲੇ ਵੀ ਕੁਛ ਨਹੀਂ ਵਿਗੜਿਆ। ਪ੍ਰਧਾਨ ਸਾਹਿਬ ਨੂੰ ਵੱਡਾ ਦਿਲ ਕਰਕੇ ਸਾਰਿਆਂ ਨੂੰ ਬਿਠਾ ਕੇ ਇਕੱਠੇ, ਜੋ ਸਾਰੇ ਚਾਹੁੰਦੇ ਆ, ਜੋ ਜ਼ਿਆਦਾ ਸੰਗਤ ਚਾਹੁੰਦੀ ਹੈ, ਜਾਂ ਪੰਜਾਬ ਦਾ ਜੋ ਫਤਵਾ, ਲੋਕਾਂ ਦਾ ਫਤਵਾ ਪੰਜਾਬ ਦੇ ਅੰਦਰ 24 ਵਾਲਾ ਪਾਰਲੀਮੈਂਟ ਦਾ, ਉਸ ਫਤਵੇ ਨੂੰ ਪ੍ਰਵਾਨ ਕਰਦਿਆਂ ਹੋਇਆਂ ਪ੍ਰਧਾਨ ਸਾਹਿਬ ਨੂੰ ਇਹ ਜੇ ਉਹ ਕਰ ਲੈਣਗੇ ਤਾਂ ਮੈਂ ਕਹਿੰਦਾ ਵੀ ਬੜਾ ਵੱਡੀ ਗੱਲ ਹੋਵੇਗੀ ਪ੍ਰਧਾਨ ਸਾਹਿਬ ਵਾਸਤੇ। ਪ੍ਰਧਾਨ ਸਾਹਿਬ ਨੂੰ ਆਉਣ ਵਾਲੇ ਸਮੇਂ ਚ ਲੋਕੀ ਸ਼ਾਇਦ ਫਿਰ ਹੱਥਾਂ ਤੇ ਚੱਕ ਲੈਣ, ਕੁਰਸੀ ਇੱਕ ਵਾਰੀ ਛੱਡਣੀ ਚਾਹੀਦੀ ਤੁਸੀਂ ਕਹਿੰਦੇ ਹੋ? ਜੇ ਮੇਰੀ ਸਮਝ, ਜੇ ਵੇਖੋ ਕੁਰਸੀ ਲੋਕਾਂ ਵਾਸਤੇ ਹੀ ਹੈ ਨਾ, ਜੇ ਕੁਰਸੀ ਇਕੱਲੀ ਨੂੰ ਕੀ ਕਰਾਂਗੇ ਜੇ ਕੋਈ ਹੰਗਾਰਾ ਹੀ ਨੀ ਭਰਦਾ ਪੂਰਾ, ਜਿਵੇਂ ਹੁਣ ਸਾਡੇ ਨਾਲ 24 ਚ ਹੋਇਆ, 24 ਚ ਤਾਂ ਬਹੁਤ ਥੱਲੇ ਆ ਗਏ ਨਾ ਅਸੀਂ, ਜਮੇ ਥੱਲੇ ਆ ਗਏ। ਸੋ ਇਸ ਕਰਕੇ ਸੋਚਣਾ ਤਾਂ ਚਾਹੀਦਾ ਬੰਦੇ ਨੂੰ, ਜੇ ਜਿੱਦੀ ਫੜੀ ਰੱਖਾਂਗੇ ਫਿਰ ਜਿਹਦਾ ਆਈ ਚੱਲੀ ਚੱਲੂਗਾ ਕੰਮ ਨੁਕਸਾਨ, ਫਿਰ ਕੋਈ ਨਵਾਂ ਆਜੂਗਾ, ਆ ਹੀ ਗਏ ਆਪਣੇ ਕੋਲ, ਦੋ ਸੀਟਾਂ ਤਾਂ ਆ ਹੀ ਗਈਆਂ ਤੁਹਾਡੇ ਕੋਲ, ਐਸ ਜੀ ਪੀ ਸੀ ਚ ਕੀ ਬਣੂਗਾ? ਗਾਹ ਨੂੰ ਇਹ ਜੇ ਕੁਛ ਐਸ ਜੀ ਪੀ ਸੀ ਚ ਬਣੂਗਾ ਤੁਸੀਂ ਵੇਖ ਲਓ, ਫਿਰ ਨਵਾਂ ਹੀ ਕੁਛ ਨਿਕਲੂਗਾ। ਜੇ ਆਹ ਅਕਾਲੀ ਦਲ ਤਾਂ ਨੀ ਜਿੱਦਾਂ ਜਿਹੜਾ ਹੁਣ ਤੁਸੀਂ ਕਹੋ ਪ੍ਰਧਾਨ ਸਾਹਿਬ ਵਾਲਾ,
ਸਵੇਰੇ ਚੋਣਾਂ ਕਰਾ ਲਓ ਸ਼੍ਰੋਮਣੀ ਕਮੇਟੀ ਦੀ, ਪੰਜ ਸੀਟਾਂ ਆ ਗਈਆਂ ਤਾਂ ਕਹਿ ਦਿਓ ਕੌਣ ਜਿੱਤੇਗਾ, ਨਵੀਂ ਨਵੀਂ ਪਾਰਟੀ ਜਿੱਤੂ, ਕੋਈ ਆ ਜਾਏ, ਮੈਂ ਨਹੀਂ ਕਹਿੰਦਾ ਵੀ ਸਾਡੇ ਵਾਲਾ ਜਿੱਤੂਗਾ, ਕੋਈ ਵੀ ਨਵਾਂ ਜਿੱਤ ਸਕਦਾ, ਪੰਥਕ ਧੜਾ, ਪੰਥਕ ਧੜਾ ਜਿਹਨੂੰ ਤੁਹਾਡੇ ਤੋਂ ਭਾਵ ਅੰਮ੍ਰਿਤਪਾਲ ਸਿੰਘ ਅਸਰ ਜੀ ਖਾਲਸਾ ਜਿਹਨੂੰ ਲੋਕਾਂ ਨੇ ਪੰਥਕ ਧੜਾ ਮੰਨ ਲਿਆ, ਭਾਵੇਂ ਸਾਡੇ ਵਾਲੇ ਨੂੰ ਮੰਨ ਲਏ, ਭਾਵੇਂ ਅੰਮ੍ਰਿਤਪਾਲ ਉਹਨਾਂ ਨੂੰ ਮੰਨ ਲਏ, ਭਾਵੇਂ ਅਸੀਂ ਇਕੱਠੇ ਹੋ ਜਾਈਏ, ਭਾਵੇਂ ਹੋਰ ਚਾਰ ਇਕੱਠੇ ਹੋ ਜਾਣ, ਭਾਵੇਂ ਕੋਈ ਨਵਾਂ ਇਦੂ ਵੀ ਨਵਾਂ ਆ ਜਾਏ, ਜਿਹਨੂੰ ਲੋਕਾਂ ਨੇ ਮੰਨ ਲਿਆ ਵੀ ਆਹ ਪੰਥਕ ਧੜਾ ਅਸਲ, ਜਿਵੇਂ ਇਹਨਾਂ ਨੂੰ ਹੁਣ ਮੰਨ ਲਿਆ ਨਾ ਤਾਂ ਉਹਨੂੰ ਲੋਕਾਂ ਨੇ ਵੀ ਇਹ ਪੰਥਕ ਹੈ, ਬਾਕੀ ਨੂੰ ਨਹੀਂ ਮੰਨਿਆ, ਤੇ ਇਵੇਂ ਜੀ ਕਿ ਜਿਹਨੂੰ ਲੋਕਾਂ ਨੇ ਮੰਨ ਲਿਆ ਉਹ ਜਿੱਤੂਗਾ ਸ਼੍ਰੋਮਣੀ ਕਮੇਟੀ ਚ, ਨਾ ਮੈਂ ਕਹਾਂ ਵੀ ਸਾਡੇ ਵਾਲਾ ਜਿੱਤੂਗਾ, ਨਾ ਮੈਂ ਕਹਾਂ ਵੀ ਸੁਖਬੀਰ ਪ੍ਰਧਾਨ ਸਾਹਿਬ ਵਾਲਾ ਜਿੱਤੂ, ਸਰਦਾਰ ਸੁਖਬੀਰ ਸਿੰਘ ਬਾਦਲ ਵਾਲਾ, ਨਾ ਮੈਂ ਕਹਿੰਦਾ ਵੀ ਅੰਮ੍ਰਿਤਪਾਲ ਵਾਲਾ ਜਿੱਤੂਗਾ, ਜਿਹਨੂੰ ਲੋਕਾਂ ਨੇ ਮੰਨ ਲਿਆ ਕਿ ਆਹ ਅਸਲ ਪੰਥਕ ਧੜਾ ਇਹ ਚਾਹੀਦਾ ਸ਼੍ਰੋਮਣੀ ਕਮੇਟੀ ਦੇ ਉੱਤੇ, ਤੁਸੀਂ ਵੇਖ ਲਓ ਲੋਕੀ ਨੇਰੀ ਮੂੰਹ ਨੂੰ ਜਿਤਾ ਦੇਣ।